ਸ਼੍ਰੀਕਾਲ ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਗੁਰਮੈਤ ਸਿੰਘ ਅਤੇ ਅੱਜ ਮੈਂ ਲੈ ਕੇ ਆਇਆ ਛੋਟੇ ਚੈਂਪਸ ਦਾ ਸਭ ਤੋਂ ਵੱਡਾ ਮਿਊਜ਼ੀਕਲ ਸ਼ੋਅ, ਪੰਜਾਬ ਬੋਲੇ ਵੰਸ ਮੋਰ, ਵੌਇਸ ਆਫ ਪੰਜਾਬ ਛੋੜਾ ਚੈਂਪ ਸੀਜ਼ਨ 4। ਸਾਡੀ ਫੁੱਲ ਤਿਆਰੀ ਹੈ, ਹੁਣ ਬੱਚਿਆਂ ਦੀ ਵਾਰੀ ਹੈ। ਦੋਸਤੋ, ਚੱਲ ਰਹੇ ਨੇ ਬੀਟ ਸੌਂਗਸ ਰਾਊਂਡ ਦੇ ਮੁਕਾਬਲੇ ਅਤੇ ਅੱਜ ਹੈ ਬੀਟ ਸੌਂਗਸ ਰਾਊਂਡ ਦਾ ਦੂਜਾ ਐਪੀਸੋਡ ਅਤੇ ਹੁਣ ਤੁਹਾਨੂੰ ਮਿਲਾਉਂਦੇ ਹਾਂ ਸਾਡੇ ਸ਼ੋਅ ਦੇ ਰਿਸਪੈਕਟਿਡ ਜੱਜਿਸ ਨਾਲ। ਸਤਿ ਸ਼੍ਰੀ ਅਕਾਲ ਜੱਜਿਸ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਗੁਰਮਹਿ, ਕੀ ਹਾਲ ਚਾਲ ਹੈ ਪੁੱਤਰ ਜੀ? ਠੀਕ ਹਾਂ ਜੀ, ਤੁਸੀਂ? ਕੀ ਬਾਤ ਹੈ, ਤਾਂ ਸਰਪ੍ਰਾਈਜ਼ ਕਰਤਾ। ਇਹ ਬਣ ਗਿਆ ਪੂਰਾ ਐਂਕਰ, ਟ੍ਰੇਨਡ ਹੋ ਗਿਆ ਪੂਰਾ। ਉਸਤਾਦ ਜੀ ਕੋਲੋਂ ਚੱਲ ਰਹੀ ਹੈ ਫਿਰ ਸ਼ਾਗਿਰਦੀ ਪੂਰੀ ਪੂਰੀ? ਹਾਂਜੀ, ਉਹਨਾਂ ਦੇ ਪੂਰਾ ਆਸ਼ੀਰਵਾਦ ਹੈ। ਅਤੇ ਉਸਤਾਦ ਜੀ ਹੈ ਕਿੱਥੇ? ਹੈ ਕਿੱਥੇ ਨੇ ਤੁਹਾਡੇ ਉਸਤਾਦ? ਉਹ ਨਾ ਸਚਿਨ ਭਾਜੀ, ਉਹਨਾਂ ਦੀ ਨਾ ਤਬੀਅਤ ਖਰਾਬ ਹੋ ਗਈ ਸੀ ਅਤੇ ਉਹ ਡਾਕਟਰ ਕੋਲ ਗਏ ਨੇ। ਤੁਸੀਂ ਟੈਨਸ਼ਨ ਨਾ ਲਓ, ਮੈਂ ਸਭ ਸਾਂਭ ਲੂੰਗਾ। ਵੈਸੇ ਇੱਕ ਗੱਲ ਵਧੀਆ ਹੋ ਗਈ ਕਮਲ ਵੀਰ, ਬੱਚਿਆਂ ਦਾ ਸ਼ੋਅ ਹੈ, ਐਂਕਰ ਵੀ ਬੱਚਾ ਹੋ ਗਿਆ, ਬੈਸਟ ਹੀ ਹੋ ਗਿਆ। ਇਹ ਤਾਂ ਆਪਾਂ ਸ਼ੋਅ ਅੱਗੇ ਵਧਾਉਂਦੇ ਹਾਂ। ਉਹ ਮੇਰੇ ਖਿਆਲ ਸਾਹਿਲ ਦੇ ਨਾ ਲੱਕ 'ਚ ਕੋਈ ਪ੍ਰੋਬਲਮ ਆ ਗਈ ਹੋਣੀ, ਕੱਲ੍ਹ ਠੁਮਕੇ ਬਹੁਤ ਲਾਏ ਇੱਥੇ ਉਹਨੇ। ਚਲੋ ਆਪਾਂ ਸ਼ੋਅ ਨੂੰ ਅੱਗੇ ਵਧਾਈਏ। ਹਾਂਜੀ ਸਚਿਨ ਭਾਜੀ, ਤੁਹਾਡਾ ਹੁਕਮ ਸਿਰ ਮੱਥੇ ਅਤੇ ਹੁਣ ਤੁਹਾਨੂੰ ਮਿਲਾਉਂਦੇ ਹਾਂ ਸਾਡੇ ਸ਼ੋਅ ਦੇ 6 ਸੁਰੀਲੀਆਂ ਦੇ ਨਾਲ। ਜ਼ੋਰਦਾਰ ਤਾਲੀਆਂ। ਹੋਰ ਕਿਵੇਂ ਹੋ ਦੋਸਤੋ, ਪੂਰੀ ਤਿਆਰੀ ਹੈ? ਹਾਂਜੀ ਠੀਕ ਹੈ, ਬਿਲਕੁਲ ਏਦਾਂ ਹੀ ਪੂਰੀ ਐਨਰਜੀ ਨਾਲ। ਵੈਰੀ ਗੁੱਡ। ਓ ਹੈਲੋ ਹੈਲੋ ਹੈਲੋ, ਵੈਰੀ ਗੁੱਡ ਨੀ, ਵੈਰੀ ਬੈਡ। ਕਾਕਾ, ਹਲੇ ਇੱਕ ਦਿਨ ਚੇਲਾ ਬਣੇ ਨੂੰ ਹੋਇਆ, ਮੇਰੇ ਤੋਂ ਅੱਗੇ ਵਧਣ ਲੱਗ ਗਿਆ। ਤੈਨੂੰ ਮੈਂ ਕੀ ਕਿਹਾ ਸੀ, ਮੈਂ ਡਾਕਟਰ ਕੋਲ ਜਾ ਰਿਹਾ, ਡਾਕਟਰ ਤੋਂ ਬਾਅਦ ਅਸੀਂ ਇਕੱਠੇ ਸਟੇਜ ਦੇ ਉੱਤੇ ਆਵਾਂਗੇ, ਤਾਂ ਹੀ ਐਂਕਰਿੰਗ ਸ਼ੁਰੂ ਕਰਾਂਗੇ। ਤੂੰ ਇਕੱਲੇ ਨੇ ਕਿਵੇਂ ਕਰਤੀ ਐਂਕਰਿੰਗ ਸ਼ੁਰੂ? ਭਾਜੀ, ਮੈਂ ਸੋਚਿਆ ਮੈਂ ਤੁਹਾਡਾ ਹੀ ਚੇਲਾ, ਤੁਸੀਂ ਗਏ ਹੋਏ ਹੋ ਅਤੇ ਤੁਹਾਡੀ ਗੈਰ ਹਾਜ਼ਰੀ 'ਚ ਮੇਰੇ ਕੋਲ ਆਪਣੇ ਆਪ ਨੂੰ ਪ੍ਰੂਫ ਕਰਨ ਦਾ ਇੱਕ ਮੌਕਾ ਸੀਗਾ ਅਤੇ ਮੈਂ ਤੁਹਾਡਾ ਨਾ ਹੀ ਅੱਗੇ ਵਧਾਇਆ। ਤਾਰੀਫ ਕਿਹਦੀ ਹੋਊਗੀ ਤੁਹਾਡੀ, ਮੇਰੀ ਥੋੜ੍ਹੀ ਹੋਊਗੀ, ਚੇਲਾ ਕਿਹਦਾ ਮੈਂ ਤੁਹਾਡਾ? ਜਿਉਂਦਾ ਰਹਿ, ਜਿਉਂਦਾ ਰਹਿ, ਵੈਰੀ ਗੁੱਡ, ਵੈਰੀ ਗੁੱਡ। ਜੱਜਿਸ, ਦੇਖਿਆ, ਹਲੇ ਤਾਂ ਮੈਂ ਟ੍ਰੇਨਿੰਗ ਵੀ ਨਹੀਂ ਦਿੱਤੀ ਇਹਨੂੰ ਪੂਰੀ, ਪੂਰਾ ਟ੍ਰੇਨਡ ਹੋ ਗਿਆ ਹੈ ਮੁੰਡਾ, ਪੂਰਾ ਟ੍ਰੇਨਡ ਹੋ ਗਿਆ। ਨਾਲੇ ਜੱਜਿਸ, ਤੁਸੀਂ ਗੱਲ ਕਰ ਰਹੇ ਸੀਗੇ ਕਿ ਬੱਚਿਆਂ ਦਾ ਸ਼ੋਅ ਹੈ, ਐਂਕਰ ਬੱਚਾ ਬਣਾ ਦਿੱਤਾ ਨਾ, ਅਸੀਂ ਜੱਜਿਸ ਵੀ ਬੱਚੇ ਬਣਾ ਦਈਏ? ਬਣਾ ਲਓ, ਦੇਖ ਲਓ। ਦੇਖ ਲਿਆ, ਬਣਾ ਦਈਏ ਬੱਚੇ ਜੱਜਿਸ? ਨਹੀਂ ਨਹੀਂ ਨਹੀਂ। ਅੱਛਾ ਫਿਰ ਠੀਕ ਹੈ, ਠੀਕ ਹੈ, ਠੀਕ ਹੈ ਜੀ। ਪੈ ਗਈ ਠੰਡ? ਪੂਰੀ ਠੰਡ ਹੈ ਜੀ, ਪੂਰੀ ਠੰਡ ਹੈ। ਚੱਲ ਹੁਣ ਮੈਨੂੰ ਇਹ ਦੱਸ ਕਿ ਕਿਹਦਾ ਕਿਹਦਾ ਤੂੰ ਵੈਲਕਮ ਕਰ ਦਿੱਤਾ? ਮੈਂ ਜੀ ਆਪਣੇ ਜੱਜਿਸ ਦਾ ਵੈਲਕਮ ਕਰ ਦਿੱਤਾ ਤੇ ਆਪਣੇ ਸੁਪਰ ਸੁਰੀਲਿਆਂ ਦਾ ਵੈਲਕਮ ਕਰ ਦਿੱਤਾ। ਵੈਰੀ ਗੁੱਡ, ਵੈਰੀ ਗੁੱਡ, ਬਹੁਤ ਵਧੀਆ ਕਰ ਰਿਹਾ, ਬਸ ਇਸੇ ਤਰ੍ਹਾਂ ਤੂੰ ਕੰਮ ਖਿੱਚ ਕੇ ਰੱਖਣਾ, ਠੀਕ ਆ? ਥੈਂਕ ਯੂ। ਹੁਣ ਮੈਂ ਕੀ ਕਰਦਾ, ਮੈਂ ਜਿਹੜੇ ਵਿਊਅਰਸ ਨੇ ਉਹਨਾਂ ਦਾ ਸਵਾਗਤ ਕਰਦਾ, ਠੀਕ ਆ ਜੀ? ਵੈਰੀ ਗੁੱਡ ਜੀ। ਲਓ ਜੀ, ਸਤਿ ਸ਼੍ਰੀ ਅਕਾਲ ਜੀ, ਮੈਂ ਜੀ ਤੁਹਾਡਾ ਸਾਰਿਆਂ ਦਾ ਸਾਹਿਲ ਤੇ ਬਹੁਤ ਬਹੁਤ ਸਵਾਗਤ ਕਰਦਾ ਜੀ ਇਹਨਾਂ ਛੋਟੇ ਛੋਟੇ ਪਿਆਰੇ ਪਿਆਰੇ ਸਵੈਗੀ ਸਟਾਈਲਿਸ਼ ਸੁਰੀਲੇ ਬੱਚਿਆਂ ਦੀ ਸੁਰੀਲੀ ਖੇਡ ਵਿੱਚ। ਨਾਮ ਜਿਸ ਦਾ ਅਮੁਲ ਪ੍ਰੈਜ਼ੈਂਟਸ ਵੌਇਸ ਆਫ ਪੰਜਾਬ ਛੋਟਾ ਚੈਂਪ ਸੀਜ਼ਨ 4। ਸਾਡੇ ਸ਼ੋਅ ਦੇ ਕੋ ਪ੍ਰੈਜ਼ੈਂਟਰ ਨੇ ਕੋਲਗੇਟ ਸਟਰੋਂਗ ਟੀਥ ਤੇ ਪਤੰਜਲੀ ਹਰਬਲ ਪਾਵਰ ਵਿਟਾ, ਪਾਵਰਡ ਬਾਈ ਗੁੱਡ ਨਾਈਟ ਐਡਵਾਂਸਡ ਐਕਟਿਵ ਪਲੱਸ ਐਂਡ ਲਾਈਫ ਬੋਏ। ਐਸੋਸੀਏਟ ਸਪਾਂਸਰ ਨੇ ਜੋਲੀ ਤੁਲਸੀ 51 ਡ੍ਰੌਪ। ਯਾਰ ਸਾਹਿਲ। ਹਾਂਜੀ ਭਾਜੀ। ਦੇਖਣ ਨੂੰ ਤਾਂ ਤੂੰ ਚੰਗਾ ਭਲਾ ਲੱਗਦਾ, ਡਾਕਟਰ ਕੋਲ ਕਿਉਂ ਗਿਆ ਸੀ? ਓਹੋ ਭਾਜੀ, ਪੁੱਛੋ ਨਾ, ਮੇਰੀ ਕੱਲ੍ਹ ਰਾਤੀ ਤਬੀਅਤ ਖਰਾਬ ਹੋ ਗਈ। ਅੱਛਾ ਠੀਕ ਹੈ ਜੀ, ਮੈਂ ਡਾਕਟਰ ਕੋਲ ਚਲਾ ਗਿਆ, ਉੱਤੋਂ ਭਾਜੀ ਮੈਨੂੰ ਡਾਕਟਰ ਵੀ ਇਹੋ ਜਿਹਾ ਮਿਲਿਆ। ਮੈਂ ਡਾਕਟਰ ਨੂੰ ਕਿਹਾ ਕਿ ਡਾਕਟਰ ਸਾਹਿਬ ਮੈਨੂੰ ਭੁੱਖ ਨਹੀਂ ਲੱਗਦੀ, ਮੈਨੂੰ ਪਤਾ ਹੀ ਕਹਿੰਦਾ, ਮੈਨੂੰ ਕਹਿੰਦਾ ਆਪਣੀ ਰੋਟੀਆਂ ਮੈਨੂੰ ਦੇ ਦਿਓ। ਦੇਖੋ ਇਹੋ ਜਿਹੇ ਤਾਂ ਡਾਕਟਰ ਨੇ। ਉੱਤੋਂ ਹੋਰ ਗੱਲ, ਮੈਂ ਕਿਹਾ ਨਹੀਂ ਨਹੀਂ ਭਾਜੀ, ਮੈਨੂੰ ਇਹਦੇ ਨਾਲ ਨਾਲ ਠੰਡ ਵੀ ਬਹੁਤ ਲੱਗਦੀ ਆ, ਮੈਨੂੰ ਉਹਨੇ ਦੋ ਸਵੈਟਰ ਲਿਖ ਕੇ ਦੇ ਤੇ। ਖੈਰ, ਡਾਕਟਰਾਂ ਦੀ ਆਪਾਂ ਗੱਲਾਂ ਛੱਡਦੇ ਹਾਂ, ਆਪਾਂ ਸ਼ੋਅ ਨੂੰ ਅੱਗੇ ਵਧਾਉਂਦੇ ਹਾਂ, ਠੀਕ ਹੈ ਜੀ? ਹੁਣ ਮੈਂ ਬਿਲਕੁਲ ਠੀਕ ਹਾਂ ਅਤੇ ਗੱਲ ਇੱਦਾਂ ਕਿ ਬੱਚੇ ਇੱਥੇ ਆ ਚੁੱਕੇ ਨੇ, ਹੁਣ ਗੱਲਬਾਤ ਆਪਾਂ ਮੈਂਟਰ ਸਾਹਿਬ ਨਾਲ ਵੀ ਤਾਂ ਕਰਨੀ ਆ। ਜੀ ਹਾਂ ਦੋਸਤੋ, ਤੇ ਜ਼ੋਰਦਾਰ ਤਾੜੀਆਂ ਨਾਲ ਆਪਾਂ ਸੱਦਾ ਦਿੰਦੇ ਹਾਂ ਜੀ ਸਟੇਜ ਦੇ ਉੱਤੇ ਦ ਮੈਂਟਰ ਆਫ ਵੌਇਸ ਆਫ ਪੰਜਾਬ ਛੋਟਾ ਚੈਂਪ ਸੀਜ਼ਨ 4, ਸ਼੍ਰੀ ਸੁਰਿੰਦਰ ਬਚਨ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਜੀ ਤੁਹਾਡਾ ਬਹੁਤ ਬਹੁਤ। ਸਤਿ ਸ਼੍ਰੀ ਅਕਾਲ ਸਰ। ਸੋ ਸਰ, ਅੱਜ ਹੈਗਾ ਜੀ ਦੂਸਰੇ ਦੌਰ ਦਾ ਦੂਸਰਾ ਐਪੀਸੋਡ, ਜਿਸ ਦੇ ਵਿੱਚ ਹੋਰ 6 ਸੁਰੀਲੇ ਬੱਚੇ ਬਿਲਕੁਲ ਤਿਆਰ ਨੇ ਜੀ ਆਪਣੀ ਪਰਫਾਰਮੈਂਸਿਸ ਦੇਣ ਵਾਸਤੇ। ਹੁਣ ਇਹ ਦੱਸੋ ਕਿ ਪਿਛਲੇ ਐਪੀਸੋਡ ਤੋਂ ਅੱਜ ਦਾ ਇਹ ਐਪੀਸੋਡ ਕਿਸ ਤਰ੍ਹਾਂ ਵੱਖਰਾ ਹੋਏਗਾ? ਸਾਰੇ ਬੱਚਿਆਂ ਦੀ ਤਿਆਰੀ ਬਹੁਤ ਅੱਛੀ ਹੈ। ਅੱਛਾ ਜੀ। ਔਰ ਮੈਂ ਤਾਂ ਬਹੁਤ ਪੂਰੇ ਕੰਫੀਡੈਂਸ ਨਾਲ ਕਹਿ ਰਿਹਾ ਕਿ ਬਹੁਤ ਅੱਛਾ ਇਹਨਾਂ ਨੇ ਤਿਆਰੀ ਕੀਤੀ ਹੈ। ਬਾਕੀ ਸਰ, ਹੁਣ ਸ਼ਰਾਰਤ ਤਾਂ ਨਹੀਂ ਜ਼ਿਆਦਾ ਕਰਦੇ ਇਹ?
ਨਹੀਂ ਨਹੀਂ ਕੁਛ ਹੈ ਸ਼ਰਾਰਤੀ ਅੱਛਾ ਪਰ ਉਹ ਅੱਛੀ ਲੱਗਦੀ ਹੈ ਬਿਲਕੁਲ ਸੁਰਾਂ ਦੇ ਨਾਲ ਨਾਲ ਦੂਜੀ ਸ਼ਰਾਰਤਾਂ ਵੀ ਜ਼ਰੂਰੀ ਹੈ ਰਿਲੈਕਸ ਰਿਲੈਕਸ ਹੋਣ ਵਾਸਤੇ ਨਹੀਂ ਬਿਲਕੁਲ ਜੀ ਸਾਡਾ ਸ਼ੋਅ ਹੀ ਹੈ ਜੀ ਮਿਊਜ਼ਿਕ ਦੇ ਨਾਲ ਨਾਲ ਮਸਤੀ ਵਾਲਾ ਸ਼ੋਅ ਸੋ ਅੱਜ ਉਮੀਦ ਕਰਦੇ ਹਾਂ ਸਰ ਕਿ ਇਹ ਬੱਚੇ ਬਹੁਤ ਵਧੀਆ ਪਰਫਾਰਮ ਕਰਨਗੇ ਅਤੇ ਤੁਸੀਂ ਬਹੁਤ ਵਧੀਆ ਤਿਆਰੀ ਕਰਾਈ ਹੋਏਗੀ ਜੀ ਇਹਨਾਂ ਨੂੰ ਥੈਂਕ ਯੂ ਸੋ ਮੱਚ ਸਰ ਥੈਂਕ ਯੂ ਸਰ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਕਿ ਚੱਲ ਰਿਹਾ ਜੀ ਦੂਸਰੇ ਦੌਰ ਦਾ ਦੂਸਰਾ ਐਪੀਸੋਡ ਅਤੇ ਅੱਜ ਦੇ ਇਸ ਐਪੀਸੋਡ ਦੇ ਵਿੱਚ ਵੀ ਪਿਛਲੇ ਐਪੀਸੋਡ ਵਾਂਗ 6 ਸੁਰੀਲੇ ਬੱਚੇ ਬਿਲਕੁਲ ਤਿਆਰ ਨੇ ਜੀ ਆਪਣੀ ਪਰਫਾਰਮੈਂਸਿਸ ਦੇਣ ਵਾਸਤੇ ਅਤੇ ਸਾਡੇ ਜੱਜਿਸ ਨੂੰ ਇੰਪ੍ਰੈਸ ਕਰਨ ਵਾਸਤੇ ਹੁਣ ਗੱਲ ਇੱਦਾਂ ਕਿ ਇਸ ਹਫ਼ਤੇ ਦੇ ਲਾਸਟ ਐਪੀਸੋਡ ਦੇ ਵਿੱਚ ਸਾਡੇ ਜੱਜਿਸ ਡਿਸਾਈਡ ਕਰਨਗੇ ਕਿ ਜਿਹੜੇ 24 ਸੁਰੀਲੇ ਬੱਚੇ ਆ ਇਹਨਾਂ ਦੇ ਵਿੱਚੋਂ ਕਿਹੜੇ ਉਹ 4 ਬੱਚੇ ਹੋਣਗੇ ਜੋ ਹੋ ਜਾਣਗੇ ਐਲੀਮੀਨੇਟ ਸੋ ਬੱਚਿਓ ਜਿਹੜਾ ਮਾੜਾ ਗਾਏਗਾ ਉਹ ਘਰ ਜਾਏਗਾ ਠੀਕ ਹੈ ਤਿਆਰ ਹੋ ਫਿਰ ਹਾਂਜੀ ਵੈਰੀ ਗੁੱਡ ਅੱਛਾ ਹੁਣ ਗੱਲ ਇੱਦਾਂ ਹੈ ਕਿ ਮੈਂ ਸੋਚ ਰਿਹਾ ਸੀਗਾ ਕਿ ਹੁਣ ਆਪਣੇ ਸ਼ੋਅ ਦੇ ਵਿੱਚ ਇੱਕ ਸੈਲੀਬ੍ਰਿਟੀ ਗੈਸਟ ਵੀ ਬੁਲਾਈਏ ਕਿਉਂ ਵੀ ਹਾਂਜੀ ਭਾਜੀ ਬੁਲਾ ਲਿਓ ਬੁਲਾ ਲਈਏ ਹਾਂਜੀ ਤੈਨੂੰ ਪਤਾ ਕੌਣ ਆ ਰਿਹਾ ਭਾਜੀ ਤੁਸੀਂ ਮੈਨੂੰ ਕਦੇ ਵੀ ਦੱਸਦੇ ਹੀ ਨਹੀਂ ਉਹ ਮੈਂ ਤੈਨੂੰ ਕੀ ਕਿਹਾ ਸੀ ਬਸ ਮੈਨੂੰ ਤੂੰ ਅਬਜ਼ਰਵ ਕਰਿਆ ਕਰ ਅਬਜ਼ਰਵ ਕਰ ਬਸ ਤੂੰ ਕਿ ਮੈਂ ਕਰ ਕੀ ਰਿਹਾ ਠੀਕ ਹੈ ਸਭ ਕੁਝ ਸਿੱਖ ਜਾਏਗਾ ਤੂੰ ਬਹੁਤ ਵਧੀਆ ਕਰ ਰਿਹਾ ਤੂੰ ਬਹੁਤ ਵਧੀਆ ਕਰ ਰਿਹਾ ਥੈਂਕ ਯੂ ਭਾਜੀ ਸੋ ਜੱਜਸ ਲੈਟਸ ਵੈਲਕਮ ਆਰ ਸੈਲੀਬ੍ਰਿਟੀ ਗੈਸਟ ਦ ਮੋਸਟ ਬਿਊਟੀਫੁਲ ਗਰਲ ਇਨ ਆਰ ਪੰਜਾਬੀ ਮਿਊਜ਼ਿਕ ਇੰਡਸਟਰੀ ਬਹੁਤ ਹੀ ਘੈਂਟ ਸਿੰਗਰ ਜੀ ਹਾਂ ਦੋਸਤੋ ਜੈਨੀ ਜੋਲ ਉਹ ਸੁਣ ਲੈ ਘਰ ਕੇ ਮੱਖਣਾ ਗੱਲ ਕਰਾਰੀ ਜੱਟੀ ਦੀ ਹੋ ਰੇਲ ਦੀ ਲਾਈਨ ਤੇ ਗਾਡਰ ਵਰਗੀ ਆਰੀ ਜੱਟੀ ਦੀ ਸੱਪਾਂ ਦਾ ਭੁਲੇਖਾ ਪਵੇ ਮੇਰੀ ਗੁੱਤ ਦਾ ਹੈ ਮੇਰੀ ਗੁੱਤ ਦਾ ਬੁਰਾ ਹਾਲ ਹੋਇਆ ਨੀ ਜੱਟਾਂ ਦੇ ਪੁੱਤ ਦਾ ਨੀ ਜੱਟਾਂ ਦੇ ਪੁੱਤ ਦਾ ਮੇਰੀ ਅੱਖ ਦਾ ਨਿਸ਼ਾਨਾ ਬੜਾ ਘੈਂਟ ਮਿੱਤਰ ਆਵੇ ਮੇਰੀ
बात है जी, क्या बात है, बहुत बहुत स्वागत है जी थोड़ा वॉइस ऑफ पंजाब थोड़ा चैंप सीजन 4 दे महामच ते। थैंक यू सो मच, मैंने बहुत बढ़िया लग रहा है सीजन 4 बहुत बढ़िया छोटा चैंप हर बार इतना बढ़िया लगता है कि बच्चों को इतना एनकरेज करन वाला प्लेटफॉर्म है और स्पेशली जजेस सचिन सर ही इज अ मास्टर सो कमाल खान जी मेरे बहुत ही फेवरेट सिंगर बीर सिंह भाजी बहुत बढ़िया लिखते हैं सो मैनू बहुत बढ़िया लगता है बच्चे इनकरेज होंगे तो फ्यूचर बहुत बढ़िया आर्टिस्ट बनते हैं बाकी जी बहुत कमाल की तुम्हें शुरुआत कर दी जी इस एपीसोड की क्योंकि साडा ये जो एपीसोड है वह है बीट सोंग एपीसोड तो तुम अपने गीत के सारे नचा दिता बच्चे देखो कि खिड़ गए हैं कमाल कमाल कर दी सो थैंक यू सो मच तुम बच्चों इनकरेज किया हूँ आप अगे शो में वधावे तो तुम मजा लियो जी इन्हें परफॉर्मेंस का हाँ जी बिल्कुल क्या बात है जी जोरदार ताड़ियां जी आ जाओ बात है जी मैं क्या जी क्या जबरदस्त शुरुआत की है जी आज दे इस एपिसोड दी ते क्या वधिया माहौल बन गया जी इस एपिसोड दा क्यों भी हाँ जी पाजी ते आपां ऐसे माहौल नू कायम रखदे आं ते बुलाउने आं अपने पहले सुरीले बच्चे नू आ रहे है जी पहला सुरीला बच्चा नमन नमन लै भी फिर गुरमहक पुछ की पूछना चाहना तू आज केड़ा गाना परफॉर्म कर रहे हो रंजीत बाबा दा तनखा जेनी जॉल जी ने पूरा माहौल बना रखे है ते ऐसे माहौल नु कैम रखी वीरे ऑल द बेस्ट क्या बात है वेरी गुड बस एंकरिंग सेक रहे हैं मुंडा बस आजा आजा होम तिनु खाना है बेस्ट ऑफ लक चल भी ਕਵੀ ਕਿੱਦਾਂ ਫਿਰ ਵਧੀਆ ਜੀ ਚੈਟਰ ਬਾਕਸ ਹੈ ਫਿਰ ਆਪਾਂ ਹੁਣ ਜੱਜਿਸ ਤੋਂ ਪੁੱਛਦੇ ਹਾਂ ਅੱਛਾ ਗੁਰਮਹਿਕ ਕਿਹਨਾਂ ਤੋਂ ਪੁੱਛੀਏ ਕਮਲ ਖਾਨ ਸਰ ਤੋਂ ਲਓ ਜੀ ਕਮਲ ਖਾਨ ਜੀ ਨਮਨ ਜੀ ਕਿੱਦਾਂ ਠੀਕ ਹੋ ਵਧੀਆ ਸਰ ਜੀ ਬੜੇ ਸੋਹਣੇ ਲੱਗਦੇ ਹੋ ਯਾਰ ਥੈਂਕ ਯੂ ਸਰ ਗੋਡ ਬਲੈਸ ਯੂ ਬੱਚੇ ਗਾਣਾ ਬਹੁਤ ਸੋਹਣਾ ਸੀ ਐਨਰਜੀ ਸੀ ਗਾਣੇ ਦੇ ਵਿੱਚ ਪੂਰੀ ਪਰ ਜਿੰਨੀ ਵਾਰੀ ਵੀ ਤਨਖਾਹ ਆਇਆ ਨਾ ਦਰ ਨਿੱਕਾ ਵਾਲਿਆ ਵੇ ਕਿੱਥੇ ਜਾਂਦੀ ਤਨਖਾਹ ਉਹ ਤਨਖਾਹ ਵਾਲਾ ਸੁਰ ਚੜ੍ਹ ਜਾਂਦਾ ਸੀ ਜਿੰਨੀ ਵਾਰੀ ਵੀ ਤੁਸੀਂ ਆਏ ਹੋ ਤਨਖਾਹ ਵਾਲੀ ਜਗ੍ਹਾ 'ਤੇ ਬਸ ਤਨਖਾਹ ਕਿਤੇ ਹੋਰ ਜਗ੍ਹਾ ਚਲੀ ਜਾਂਦੀ ਸੀ ਖਾਸ ਤੌਰ 'ਤੇ ਬੀਟ ਸੌਂਗਸ ਦੇ ਅੰਦਰ ਬੇਟੇ ਓਵਰ ਐਕਸਾਈਟਿਡ ਹੋ ਜਾਂਦੇ ਹੋ ਬਟ ਜਦੋਂ ਤੁਸੀਂ ਓਵਰ ਐਕਸਾਈਟਿਡ ਹੋ ਜਾਂਦੇ ਹੋ ਤਾਂ ਗਲਤੀਆਂ ਦੇ ਚਾਂਸਿਸ ਵੱਧ ਜਾਂਦੇ ਆ ਅੰਤਰਾ ਇੱਕ ਵਾਰੀ ਪਲੀਜ਼ ਇਕੱਲੀ ਹਮ ਨਹੀਂ ਦੇਣਾ ਜੀ ਹਾਏ ਮੇਰੀਆਂ ਰਵਾਂ ਤੇ ਕਿਤੇ ਕੰਨੇ ਤਾਂ ਨਹੀਂ ਬੀਜਦਾ ਗੋਰੀਆਂ ਦੇ ਕਿਤੇ ਤਾਂ ਪਰਾਂ ਦੇ ਨਹੀਂ ਖਰੀਦਦਾ ਇੱਥੇ ਤੈਨੂੰ ਔਖਾ ਲੱਗਦਾ ਉੱਪਰ ਠੀਕ ਹੈ ਸਰ ਫਿਰ ਘਟਦਾ ਕਿਉਂ ਸੁਰ ਤੇਰਾ ਘੱਟ ਲੱਗਦਾ ਸੁਰ ਠੀਕ ਹੈ ਇਹ ਹੌਲੀ ਹੌਲੀ ਤੈਨੂੰ ਸਮਝ ਆਏਗਾ ਜਦੋਂ ਰਿਆਜ਼ ਕਰੇਗਾ ਠੀਕ ਹੈ ਗੋਡ ਬਲੈਸ ਯੂ ਥੈਂਕ ਯੂ ਜੀ ਬੀਰ ਸਿੰਘ ਜੀ ਤੇਰੀ ਪਰਫਾਰਮੈਂਸ ਨੂੰ ਹਮੇਸ਼ਾ ਇੰਜੋਏ ਕਰਦੇ ਹਾਂ ਅਸੀਂ ਔਰ ਇੱਕ ਤੇਰੀ ਸਮਾਈਲ ਵੀ ਖੂਬਸੂਰਤ ਆ ਚਿਹਰਾ ਖੂਬਸੂਰਤ ਆ ਥੈਂਕ ਯੂ ਤੇ ਗਾਇਕੀ ਵੀ ਕਿਤੇ ਇੱਥੇ ਹੀ ਹੋਵੇ ਨਾ ਇਸੇ ਲੈਵਲ 'ਤੇ
ਤਾਂ ਮੈਂ ਕਹਿੰਦਾ ਸੋਨੇਰੇ ਸੁਹਾਗਾ ਹੋ ਜਾਏ ਅਤੇ ਗਾਂਹ ਤੋਂ ਭਾਅ ਜੀ ਨੇ ਵੀ ਦੱਸਤਾ, ਸਚਿਨ ਸਰ ਨੇ ਵੀ ਦੱਸਤਾ, ਅੱਗੇ ਤੋਂ ਖਿਆਲ ਰੱਖੀ, ਠੀਕ ਹੈ? ਜਿਉਂਦਾ ਰਹੇ। ਥੈਂਕ ਯੂ ਸੋ ਮਚ ਜੱਜਿਸ ਅਤੇ ਸਾਡੇ ਸੈਲੀਬ੍ਰਿਟੀ ਗੈਸਟ। ਜੈਨੀ ਜੀ, ਕਿਹੋ ਜਿਹਾ ਲੱਗਿਆ ਫਿਰ ਇਹ ਗੀਤ? ਮੈਨੂੰ ਤਾਂ ਇਹ ਬੱਚਾ ਬਹੁਤ ਕਿਊਟ ਲੱਗਦਾ ਪਹਿਲੀ ਗੱਲ ਤਾਂ। ਬੈਕ ਸਟੇਜ ਮੈਨੂੰ ਬਹੁਤ ਹਸਾ ਰਿਹਾ ਸੀ, ਮੈਨੂੰ ਬਹੁਤ ਪਿਆਰਾ ਲੱਗਦਾ, ਚੱਬੀ ਜਿਹਾ ਇੱਕਦਮ ਕਿਊਟ ਜੀ ਸਮਾਈਲ ਹੈ, ਸੋ ਦਿਲ ਖੁਸ਼ ਹੋ ਜਾਂਦਾ। ਬਾਕੀ ਪਰਫੋਰਮੈਂਸ ਮੈਨੂੰ ਤਾਂ ਬਹੁਤ ਮਜ਼ਾ ਆਇਆ, ਬਹੁਤ ਮਜ਼ਾ ਆਇਆ, ਮੈਂ ਬਹੁਤ ਇੰਜੋਏ ਕੀਤਾ, ਬਾਕੀ ਐਕਸਪਰਟਸ ਨੇ ਦੱਸ ਦਿੱਤਾ ਤੁਹਾਨੂੰ। ਥੈਂਕ ਯੂ ਜੀ, ਥੈਂਕ ਯੂ ਸੋ ਮਚ। ਇੱਕ ਜ਼ੋਰਦਾਰ ਤਾੜੀਆਂ ਨਮਨ ਵਾਸਤੇ ਚੈਟਰਬਾਕਸ। ਬਹੁਤ ਹੀ ਜ਼ਬਰਦਸਤ ਸ਼ੁਰੂਆਤ ਹੋਈ ਹੈ ਜੀ ਅੱਜ ਦੇ ਇਸ ਐਪੀਸੋਡ ਦੀ, ਨਮਨ ਦੀ ਪਰਫਾਰਮੈਂਸ ਦੇ ਨਾਲ। ਬਾਕੀ ਦੇ ਹੋਰ 5 ਸੁਰੀਲੇ ਬੱਚੇ ਆਪਣੀ ਪਰਫਾਰਮੈਂਸਿਸ ਦੇਣਗੇ। ਵੇਲਾ ਹੋ ਗਿਆ ਜੀ ਇੱਕ ਬ੍ਰੇਕ ਦਾ, ਸੋ ਮਿਲਦੇ ਹਾਂ ਅਟਰਲੀ ਬਟਰਲੀ ਬ੍ਰੇਕ ਤੋਂ ਬਾਅਦ। ਮੈਂ ਅੱਜ ਨਾ ਤੈਨੂੰ ਕੁਛ ਦੇਣਾ ਚਾਹੁੰਦਾ ਐਂਡ ਉਮੀਦ ਕਰਦਾ ਕਿ ਉਹ ਮੈਂ ਫਾਈਨਲਸ ਵਿੱਚ ਜਾ ਕੇ ਵਾਪਸ ਲਾਊਂਗਾ ਤੇਰੇ ਕੋਲ, ਠੀਕ ਆ? ਜਾਏਂਗੇ ਨਾ ਫਾਈਨਲਸ ਤੱਕ? ਕਰੇਂਗੇ ਇੰਨੀ ਮਿਹਨਤ ਪੱਕਾ? ਚਲ ਇੱਧਰ। ਇਹ ਮੇਰੀ ਭੈਣ ਰੱਖ, ਇਹ ਫਾਈਨਲਸ ਵਿੱਚ ਜਾ ਕੇ ਮੈਂ ਲੈਣਾ ਆ ਤੇਰੇ ਕੋਲ, ਉਦੋਂ ਆਪਾਂ ਇੱਕ ਨਵਾਂ ਕਰਾਂਗੇ, ਠੀਕ ਆ? ਗੋਡ ਬਲੈਸ ਯੂ, ਜਲਦੀ। ਪੰਜਾਬ ਬੋਲੇ ਵਾਂਸ ਮੋਰ, ਅਮਲ ਪ੍ਰੈਜ਼ੈਂਟਸ ਵੌਇਸ ਆਫ ਪੰਜਾਬ ਛੋਟਾ ਚੈਂਪ ਸੀਜ਼ਨ 4। ਸਾਡੀ ਫੁੱਲ ਤਿਆਰੀ ਹੈ, ਹੁਣ ਬੱਚਿਆਂ ਦੀ ਵਾਰੀ ਹੈ। ਵੈਰੀ ਗੁੱਡ ਦੋਸਤੋ, ਸਾਡੇ ਸ਼ੋਅ ਦੇ ਕੋ ਪ੍ਰੈਜ਼ੈਂਟਰ ਨੇ ਕੋਲਗੇਟ ਸਟਰੋਂਗ ਟੀ ਤੇ ਪਤੰਜਲੀ ਹਰਬਲ ਪਾਵਰ ਫੀਟਾ, ਪਾਵਰਡ ਬਾਈ ਗੁੱਡ ਨਾਈਟ ਐਡਵਾਂਸਡ ਐਕਟਿਵ ਪਲੱਸ ਐਂਡ ਲਾਈਫ ਬੋਏ। ਐਸੋਸੀਏਟ ਸਪਾਂਸਰ ਨੇ ਜੌਲੀ ਤੁਲਸੀ 51 ਡ੍ਰੌਪ। ਚੱਲ ਵੀ ਮੁੰਡਿਆ, ਸ਼ੋਅ ਨੂੰ ਅੱਗੇ ਵਧਾ। ਸ਼ੋਅ ਨੂੰ ਤਾਂ ਅੱਗੇ ਵਧਾ ਲੈਂਦੇ ਹਾਂ ਆਪਾਂ ਸਾਹਿਲ ਭਾਜੀ, ਪਰ ਜਿਵੇਂ ਕਿ ਤੁਸੀਂ ਮੈਨੂੰ ਸਰਪ੍ਰਾਈਜ਼ ਦਿੰਦੇ ਹੋ ਸਾਹਿਲ ਭਾਜੀ, ਜਿਵੇਂ ਤੁਸੀਂ ਜੈਨੀ ਜੌਲ ਜੀ ਨੂੰ ਬੁਲਾਇਆ, ਬਿਲਕੁਲ ਮੈਨੂੰ ਸਰਪ੍ਰਾਈਜ਼ ਦਿੱਤਾ ਬਿਨਾਂ ਬਤਾਏ। ਅੱਛਾ, ਹੁਣ ਮੈਂ ਵੀ ਤੁਹਾਨੂੰ ਇੱਕ ਸਰਪ੍ਰਾਈਜ਼ ਦੇਣ ਵਾਲਾ। ਸਹੀ ਦੱਸ? ਹਾਂਜੀ, ਕੀ ਬਾਤ ਹੈ ਜੱਜਿਸ, ਵੈਰੀ ਗੁੱਡ। ਬੱਚਿਓ ਦੇਖੋ, ਮੇਰਾ ਚੇਲਾ ਮੈਨੂੰ ਸਰਪ੍ਰਾਈਜ਼ ਦੇ ਰਿਹਾ, ਦੱਸ ਦੱਸ ਕਿਹੜਾ ਸਰਪ੍ਰਾਈਜ਼ ਹੈ, ਬੋਲ ਜਲਦੀ ਜਲਦੀ। 5 ਸੁਰੀਲੇ ਬੱਚੇ ਤਾਂ ਆਪਣੀ ਪਰਫਾਰਮੈਂਸ ਦੇਣਗੇ ਹੀ ਦੇਣਗੇ, ਹਾਂ, ਨਾਲ ਇੱਕ ਸੈਲੀਬ੍ਰਿਟੀ ਗੈਸਟ ਹੋਰ ਆਣਗੇ। ਇੱਕ ਹੋਰ ਸੈਲੀਬ੍ਰਿਟੀ ਗੈਸਟ? ਹਾਂਜੀ। ਓਏ ਹੋਏ ਹੋਏ, ਕੀ ਬਾਤ ਹੈ, ਦੱਸ ਫਿਰ ਕੌਣ ਆ ਰਹੇ ਨੇ? ਪੰਜਾਬ ਦੇ ਘੈਂਟ ਸਰਦਾਰ, ਸਮਾਰਟ ਐਂਡ ਹੈਂਡਸਮ, ਪੰਜਾਬੀ ਇੰਡਸਟਰੀ ਦੀ ਸ਼ਾਨ, ਜੋਰਡਨ ਸੰਧੂ। ਆਪਣੇ ਮੋਹਾਲੀ ਸ਼ਹਿਰ ਵਾਲੀਏ, ਰੰਗ ਚਿੱਟਾ ਤੇਰਾ ਦਿਲ ਦੀ ਕਾਲੀਏ, ਆਪਣੇ ਮੋਹਾਲੀ ਸ਼ਹਿਰ ਵਾਲੀਏ, ਰੰਗ ਚਿੱਟਾ ਤੇਰਾ ਦਿਲ ਦੀ ਕਾਲੀਏ, ਉਹ ਚੰਡੀਗੜ੍ਹ ਵੀ ਚੰਡਾਲਗੜ੍ਹ ਲੱਗਦਾ, ਉਹ ਸੱਟ ਸਾਨੂੰ ਮਾਰ ਗਈ ਕਰਾਰੀ ਅਲੜੇ, ਉਹ ਗੱਭਰੂ ਸੀ ਮਿਸ਼ਰੀ ਦੀ ਡਲੀ ਵਰਗਾ, ਭੋਰ ਭੋਰ ਖਾ ਗਈ ਤੇਰੀ ਯਾਰੀ ਅਲੜੇ, ਉਹ ਵਿਕ ਗਈ ਜ਼ਮੀਨ ਤੇਰੇ ਕਰਕੇ, ਉਹ ਸੱਸੇ ਕੰਨਾ ਰਾਰੇ ਨੂੰ ਬਿਹਾਰੀ ਅਲੜੇ, ਉਹ ਗੱਭਰੂ ਸੀ ਮਿਸ਼ਰੀ ਦੀ ਡਲੀ ਵਰਗਾ, ਉਹ ਭੋਰ ਭੋਰ ਖਾ ਗਈ ਤੇਰੀ ਯਾਰੀ ਅਲੜੇ। ਕਰਕੇ ਉਹ ਪਤਾ ਨਹੀਂ ਕਦੋਂ ਤੂੰ ਗਰੀਬ ਕਰ ਗਈ, ਓਏ ਦਿਲ ਕਰੇ ਤੇਰਾ ਪਾਸਪੋਰਟ ਪਾੜਦਾ, 2.5 ਸਾਲਾਂ ਵਿੱਚ ਤੂੰ ਗਰੀਬ ਕਰ ਗਈ, ਮੈਂ ਨਵਾਂ ਨਵਾਂ ਬਾਹਰ ਵੀ ਸੀ ਆਇਆ ਕਰਕੇ, ਉਹ ਪਤਾ ਨਹੀਂ ਕਦੋਂ ਤੂੰ ਗਰੀਬ ਕਰ ਗਈ, ਓਏ ਦਿਲ ਕਰੇ ਤੇਰਾ ਪਾਸਪੋਰਟ ਪਾੜਦਾ, 2.5 ਸਾਲਾਂ ਵਿੱਚ ਤੂੰ ਗਰੀਬ ਕਰ ਗਈ, 2.5 ਸਾਲਾਂ ਵਿੱਚ ਤੂੰ ਗਰੀਬ ਕਰ ਗਈ। ਫਿਰੇ ਟਿਕਟ ਕਰਾਈ ਔਕਲੈਂਡ ਦੀ, ਉਹ ਮਾਰ ਜਾਣਾ ਹੁਣ ਤੂੰ ਡਾਰੀ ਅਲੜੇ, ਉਹ ਗੱਭਰੂ ਸੀ ਮਿਸ਼ਰੀ ਦੀ ਡਲੀ ਵਰਗਾ, ਭੋਰ ਭੋਰ ਖਾ ਗਈ ਤੇਰੀ ਯਾਰੀ ਅਲੜੇ, ਗੱਭਰੂ ਸੀ ਮਿਸ਼ਰੀ ਦੀ ਡਲੀ ਵਰਗਾ, ਭੋਰ ਭੋਰ ਖਾ ਗਈ ਤੇਰੀ ਯਾਰੀ ਅਲੜੇ, ਉਹ ਵਿਕ ਗਈ ਜ਼ਮੀਨ ਤੇਰੇ ਕਰਕੇ, ਉਹ ਸੱਸੇ ਕੰਨਾ ਰਾਰੇ ਨੂੰ ਬਿਹਾਰੀ ਅਲੜੇ, ਉਹ ਗੱਭਰੂ ਸੀ ਮਿਸ਼ਰੀ ਦੀ ਡਲੀ ਵਰਗਾ, ਭੋਰ ਭੋਰ ਖਾ ਗਈ ਤੇਰੀ।
ਦਾ ਕੁੜਤਾ ਪਜਾਮਾ ਸਰਿਆ ਮੈਂ ਕਿਹਾ ਤੇਰੇ ਤੋਂ ਨਾ ਕੁੜਤਾ ਪਜਾਮਾ ਸਰਿਆ ਉਹ ਤੈਨੂੰ ਲੈ ਕੇ ਦਿੱਤੀਆਂ ਮੈਂ ਜੀਨਾਂ ਮਹਿੰਗੀਆਂ ਓਏ ਤੇਰੇ ਸ਼ਹਿਰ ਵਾਲੀਆਂ ਨੇ ਪੱਟ ਲੈਂਦੀਆਂ ਉਹ ਵੇਖ ਵੇਖ ਸਾਡੀਆਂ ਜ਼ਮੀਨਾਂ ਮਹਿੰਗੀਆਂ ਕੁੜਤਾ ਪਜਾਮਾ ਸਰਿਆ ਉਹ ਤੈਨੂੰ ਲੈ ਕੇ ਦਿੱਤੀਆਂ ਮੈਂ ਜੀਨਾਂ ਮਹਿੰਗੀਆਂ ਓਏ ਤੇਰੇ ਸ਼ਹਿਰ ਵਾਲੀਆਂ ਨੇ ਪੱਟ ਲੈਂਦੀਆਂ ਉਹ ਵੇਖ ਵੇਖ ਸਾਡੀਆਂ ਜ਼ਮੀਨਾਂ ਮਹਿੰਗੀਆਂ ਉਹ ਵੇਖ ਵੇਖ ਸਾਡੀਆਂ ਜ਼ਮੀਨਾਂ ਮਹਿੰਗੀਆਂ ਉਹ ਤੇਰੇ ਪਿਛਲੇ ਬਰਥਡੇ ਤੇ ਫੂਕਦੀ ਉਹ ਇੱਕ ਸਾਲ ਜਿੰਨੀ ਸੀਰੀ ਦੀ ਦਿਹਾੜੀ ਅੱਲੜੇ ਛੋਟੇ ਮੇਰੇ ਭੈਣ ਭਰਾ ਮੈਂ ਤੁਹਾਨੂੰ ਯਾਦ ਆਉਣਾ ਪਿਛਲੀ ਵਾਰੀ ਵੀ ਆਇਆ ਸੀਗਾ ਬਿਲਕੁਲ ਜੀ ਬਿਲਕੁਲ ਯਾਦ ਆ ਜੀ ਪਿਛਲੇ ਸੀਜ਼ਨ ਵਿੱਚ ਵੀ ਆਇਆ ਸੀਗਾ ਬਹੁਤ ਅਸੀਂ ਇੰਜੋਏ ਕੀਤਾ ਸੀ ਕਾਫੀ ਕੁਝ ਸਿੱਖ ਕੇ ਗਏ ਸੀ ਬੱਚਿਆਂ ਤੋਂ ਸੋ ਇਸ ਵਾਰੀ ਐਕਸਾਈਟਮੈਂਟ ਮੈਨੂੰ ਥੋੜ੍ਹੀ ਜ਼ਿਆਦਾ ਆ ਕਿਉਂਕਿ ਦੂਜੀ ਵਾਰ ਆ ਰਹੇ ਹਾਂ ਸੋ ਦੇਖਦੇ ਹਾਂ ਕੀ ਬਣਦਾ ਫਿਰ ਮੇਰੇ ਖਿਆਲ ਨਾਲ ਹੁਣ ਪੂਰੇ ਸੈੱਟ ਹੋ ਜੀ ਫਿਰ ਇੰਜੋਏ ਕਰਨ ਵਾਸਤੇ ਬੱਚਿਆਂ ਦੀ ਬਿਲਕੁਲ 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 ਇੱਕ ਵਾਰ ਜ਼ੋਰਦਾਰ ਤਾੜੀਆਂ ਜੀ ਜੋੜਨ ਸਿੰਘ ਵਾਸਤੇ ਦੋਸਤੋ ਇਸ ਧਮਾਕੇਦਾਰ ਪਰਫਾਰਮੈਂਸ ਤੋਂ ਬਾਅਦ ਹੁਣ ਆਪਾਂ ਸੱਦਾ ਦਿੰਦੇ ਹਾਂ ਜੀ ਸਾਡੇ ਸੁਰੀਲੇ ਬੱਚੇ ਨੂੰ ਜੀ ਹਾਂ ਦੋਸਤੋ ਇਸ ਦੇ ਲਈ ਆ ਰਹੀ ਹੈ ਜੀ ਸ਼ਬਨਮ ਪਿਛਲੇ ਸੀਜ਼ਨ ਦੇ ਵਿੱਚ ਇਹ ਐਂ ਕਰਦੀ ਸੀਗੀ ਹਾਂਜੀ ਹਾਂਜੀ ਇਸਨੇ ਇਸ ਪਰਫਾਰਮੈਂਸ ਦੇ ਵਿੱਚ ਵੀ ਐਂ ਕੀਤਾ ਬਟ ਹੁਣ ਇੱਕ ਹੋਰ ਨਵਾਂ ਸਟੈਪ ਦੇਖਿਆ ਵੈਰੀ ਗੁੱਡ ਸੋ ਭਾਜੀ ਕੀ ਕਹੋਗੇ ਜੀ ਬਹੁਤ ਅੱਛਾ ਸੀ ਸ਼ਬਨਮ ਬਹੁਤ ਹੀ ਜ਼ਿਆਦਾ ਅੱਛਾ ਸੀ ਥੈਂਕ ਯੂ ਸਰ ਇਹਦਾ ਫੋਕਸ ਪ੍ਰੋਪਰਲੀ ਗਾਣੇ 'ਤੇ ਹੈ ਪਰਫਾਰਮੈਂਸ 'ਤੇ ਹੈ ਔਰ ਸੁਰ ਇਹਦਾ ਪਹਿਲਾਂ ਨਾਲੋਂ ਜ਼ਿਆਦਾ ਅੱਛਾ ਹੋ ਗਿਆ ਜਦੋਂ ਲਾਸਟ ਈਅਰ ਆਈ ਸੀ ਲਾਸਟ ਸੀਜ਼ਨ 'ਚ ਕਿਆ ਬਾਤ ਹੈ ਅਤੇ ਉਹਦੇ ਨਾਲੋਂ ਹੁਣ ਇਹ ਬਹੁਤ ਜ਼ਿਆਦਾ ਬੈਟਰ ਗਾ ਰਹੀ ਹੈ ਮੈਂ ਅੱਜ ਨਾ ਤੈਨੂੰ ਕੁਛ ਦੇਣਾ ਚਾਹੁੰਦਾ
एंड उम्मीद करदा कि वो मैं फाइनल्स में जाके वापस लाऊंगा तेरे को ठीक है हाँ जी जाएंगे ना फाइनल्स तक हाँ जी जरूर करेंगे यानी मेहनत हाँ जी पक्का चल इधर ये मेरी पेन रख ये फाइनल्स में जाके मैं लेना है तेरे को हाँ जी उदों आपा एक नवा करा ठीक है थैंक यू सर गॉड ब्लेस यू बेथी ले जा पुत जाते जाते इधर ही मैं कहूंगा ऐसी धाकड़ है ऐसी धाकड़ है अच्छा जी क्या बात है ऐसी मेरे वालों धाकड़ परफॉर्मेंस वेरी गुड जी जोरदार ताड़ियां और सब तो वधिया गल मैं थोनू दस दा कि जो गाना इन्होंने परफॉर्म कीता ओदा जो ओरिजिनली म्यूजिक कीता वो सुरेंद्र वचन साहब ने ही कीता क्या बात है जी वाह जी वाह ते जे अबीर सिंह जी तुहाडी इजाजत होवे ਤਾਂ ਅਸੀਂ ਇਹ ਦੇਖ ਸਕਦੇ ਹਾਂ ਕਿ ਤੁਸੀਂ ਕੀ ਦਿੱਤਾ ਹਾਂ ਦੇਖ ਸਕਦੇ ਹੋ ਵੈਸੇ ਕੁਝ ਖਾਸ ਨਹੀਂ ਹੈ ਪਰ ਬਹੁਤ ਖਾਸ ਆ ਮੇਰੇ ਲਈ ਤਾਂ ਸਰ ਖਾਸ ਹੀ ਹੈ ਬਟ ਮੇਰੇ ਲਈ ਵੀ ਬਹੁਤ ਖਾਸ ਆ ਚਲੋ ਫਿਰ ਇੱਕ ਗੱਲ ਹੈ ਜੀ ਕਿ ਇਹਨੂੰ ਫਿਰ ਆਪਾਂ ਸਸਪੈਂਸ 'ਚ ਹੀ ਰੱਖਦੇ ਹਾਂ ਰੱਖੋ ਸਸਪੈਂਸ ਅਤੇ ਅੱਗੇ ਚੱਲ ਕੇ ਦੇਖਦੇ ਹਾਂ ਠੀਕ ਹੈ ਜੀ ਅਤੇ ਸਾਡੇ ਸੈਲੀਬ੍ਰਿਟੀ ਗੈਸਟ ਮੈਂ ਦੇਖ ਰਿਹਾ ਸੀਗਾ ਤੁਸੀਂ ਬੜਾ ਇੰਜੋਏ ਕਰ ਰਹੇ ਸੀਗੇ ਰਾਈਟ ਜੀ ਸੋ ਫਿਰ ਕੀ ਕਹਿਣਾ ਚਾਹੋਗੇ ਜੀ ਸਾਡੀ ਆਹ ਮਿਰਚੀ ਬਾਰੇ ਮੈਨੂੰ ਤਾਂ ਬਹੁਤ ਜ਼ਿਆਦਾ ਵਧੀਆ ਲੱਗਿਆ ਸਵਾਦ ਆ ਗਿਆ ਅਸੀਂ ਨਜ਼ਾਰਾ ਮਾਣ ਰਹੇ ਸੀ ਨਾਲ ਨਾਲ ਸੋ ਗੋਡ ਬਲੈਸ ਯੂ ਕੀਪ ਇਟ ਅਪ ਕੀ ਬਾਤ ਹੈ ਜੀ ਮੈਨੂੰ ਵੀ ਬਹੁਤ ਵਧੀਆ ਲੱਗਾ ਇੰਨੀ ਖੁੱਲੀ ਆਵਾਜ਼ ਯਾਰ ਮਜ਼ਾ ਆ ਗਿਆ ਸੱਚੀ ਪਿਛਲੇ ਸਾਲ ਵੀ ਆਏ ਸੀ ਉਹ ਦਿਖਦਾ ਹੈ ਤੁਸੀਂ ਕਿੰਨੀ ਮਿਹਨਤ ਕੀਤੀ ਹੈ ਕਹਿੰਦੇ ਨੇ ਕੋਸ਼ਿਸ਼ ਕਰਨ ਵਾਲੋਂ ਕੀ ਕਦੇ ਹਾਰ ਨਹੀਂ ਹੁੰਦੀ ਸੋ ਮੈਨੂੰ ਤੁਹਾਡੀ ਪਰਫਾਰਮੈਂਸ ਦਿਖਿਆ ਐਂਡ ਸਪੈਸ਼ਲੀ ਆ ਸਟੈਪ ਮੈਨੂੰ ਵੀ ਤੁਸੀਂ ਨਿਊ ਸਟੈਪ ਸਿਖਾਤਾ ਬਹੁਤ ਵਧੀਆ ਲੱਗਾ ਥੈਂਕ ਯੂ ਮੈਮ ਥੈਂਕ ਯੂ ਚਲੋ ਜੀ ਥੈਂਕ ਯੂ ਸੋ ਮਚ ਲੈ ਵੀ ਕੁੜੀਏ ਵਾਹ ਵਾਹ ਹੋ ਗਈ ਫਿਰ ਹੈ ਚਲੋ ਅੱਜ ਜ਼ੋਰਦਾਰ ਤਾੜੀਆਂ ਜੀ ਜੋਰਡਨ ਜੀ ਜੈਨੀ ਜੀ ਗਾ ਤਾਂ ਮੈਂ ਵੀ ਬਹੁਤ ਸੁਣ ਲੈਂਦਾ ਪਰ ਕੁਝ ਲੋਕ ਨੇ ਜਿਨ੍ਹਾਂ ਨੂੰ ਮੇਰੀ ਬਿਲਕੁਲ ਕਦਰ ਨਹੀਂ ਮੇਰੀ ਬਿਲਕੁਲ ਪੁੱਛ ਨਹੀਂ ਤੇਰੀ ਕਦਰ ਹੈ ਕਿਹਨੂੰ ਬਲੇ ਇਹ ਤਾਂ ਦੱਸ ਇਹੀ ਤਾਂ ਭਾਜੀ ਤੁਸੀਂ ਤਿੰਨ ਹੀ ਹੋ ਜੋ ਸਮਝਦੇ ਨਹੀਂ ਗੇ ਕਦਰ ਤਾਂ ਪੂਰੇ ਦੁਨੀਆ ਨੂੰ ਹੈ ਮੇਰੀ ਯਾਰ ਸਾਹਿਲ ਮੈਂ ਤਾਂ ਤੈਨੂੰ ਕਦੇ ਕੁਝ ਕਿਹਾ ਹੀ ਨਹੀਂ ਯਾਰ ਤੂੰ ਮੇਰੇ ਨਾਲ ਕਿਵੇਂ ਇਦਾਂ ਕਰਦਾ ਨਹੀਂ ਭਾਜੀ ਕਦੀ ਕੁਝ ਕਿਹਾ ਨਹੀਂ ਭਾਜੀ ਸੱਚ ਤੋਂ ਸਿਵਾ ਪਰ ਤੈਨੂੰ ਪਿਆਰ ਹੀ ਕਰਦੇ ਆ ਮੈਂ ਤਾਂ ਕਹਿ ਰਿਹਾ ਤੁਸੀਂ ਮੈਨੂੰ ਪਿਆਰ ਕਰਦੇ ਹੋ ਪਰ ਕਿਤੇ ਨਾ ਕਿਤੇ ਤੇਰੀ ਸੱਚਾਈ ਦੱਸੀ ਦੀ ਹੈ ਹਮੇਸ਼ਾ ਯਾਰ ਦੋਸਤੋ ਹੁੰਦੇ ਜਿਹੜਾ ਸ਼ੀਸ਼ਾ ਦਿਖਾਵੇ ਹੈ ਨਾ ਅਸੀਂ ਦਿਖਾਇਆ ਹੁਣ ਉਹ ਨਹੀਂ ਓਡੀ ਵਧੀਆ ਚੀਜ਼ ਬਣਦੀ ਤਾਂ ਕੀ ਕਰੀਏ ਠੀਕ ਹੈ ਦੋਸਤੋ ਭਾਜੀ ਨੇ ਮੈਨੂੰ ਸ਼ੀਸ਼ਾ ਦਿਖਾਇਆ ਮੈਂ ਇੱਕ ਵਾਰ ਆਪਣਾ ਚਿਹਰਾ ਦੇਖ ਕੇ ਆਉਣਾ ਸ਼ੀਸ਼ੇ ਦੇ ਵਿੱਚ ਠੀਕ ਹੈ ਜੀ ਇੰਨੀ ਦੇਰ ਤੱਕ ਤੁਸੀਂ ਲਓ ਜੀ ਬ੍ਰੇਕ ਫਿਰ ਆਪਾਂ ਮਿਲਦੇ ਅਟਰਲੀ ਬਟਰਲੀ ਬ੍ਰੇਕ ਤੋਂ ਬਾਅਦ ਤੈਨੂੰ ਲੱਗਦਾ ਕਿ ਹੁਣ ਭੁੱਲਣ ਵਾਲੀ ਸਟੇਜ ਹੈਗੀ ਆ ਪਿਛਲੇ ਰਾਊਂਡ 'ਚ ਆਪਾਂ ਤੁਹਾਡਾ ਐਲੀਮੀਨੇਸ਼ਨ ਦਾ ਕੋਈ ਨਹੀਂ ਸੀਗਾ ਇਸ ਵਾਰੀ ਹੈਗਾ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ ਇਹਨਾਂ ਸਵੈਗੀ ਸਟਾਈਲਿਸ਼ ਸੁਰੀਲੇ ਬੱਚਿਆਂ ਦੀ ਸੁਰੀਲੀ ਖੇਡ ਵਿੱਚ ਨਾਮ ਅਜਿਸ ਦਾ ਅਮੁਲ ਪ੍ਰੈਜੈਂਟਸ ਵਾਇਸ ਆਫ ਪੰਜਾਬ ਛੋਟਾ ਚੈਂਪ ਸੀਜ਼ਨ 4 ਦੋਸਤੋ ਸਾਡੇ ਸ਼ੋਅ ਦੇ ਕੋ ਪ੍ਰੈਜੈਂਟਰ ਨੇ ਕੋਲਗੇਟ ਸਟਰੋਂਗ ਟੀ ਤੇ ਪਤੰਜਲੀ ਹਰਬਲ ਪਾਵਰ ਵੀਟਾ powered by good night advanced active plus and lifebuoy associate sponsor ne jolly tulsi 51 drop kya baat hai ji main kya ji sade celebrity guest ina bachiyan ne mahol musical banaya hai ji kya baat hai bada hi maza aa raha hai kyon vi gurmehak haan ji baaji main chahna ke jehde sade celebrity guest ne unna naal aapa ek game khedi hai haan ji oh wah ji wah aa jao ji ਲੈ ਵੀ ਮੁੰਡਿਆ ਹੁਣ ਦੱਸ ਕਿ ਕਿਹੜੀ ਗੇਮ ਹੈ ਗੇਮ ਦਾ ਨਾਮ ਹੈ ਜੀ ਡਾਂਸਿੰਗ ਸਟੈਚੂ ਡਾਂਸਿੰਗ ਸਟੈਚੂ ਗੇਮ ਜਬ ਤੱਕ ਇਹ ਮਿਊਜ਼ਿਕ ਚੱਲੇਗਾ ਤਬ ਤੱਕ ਆਪ ਲੋਗੋ ਕੇ ਪੈਰ ਚਲੇਂਗੇ ਜੈਸੇ ਇਹ ਮਿਊਜ਼ਿਕ ਰੁਕਾ ਆਪ ਲੋਗ ਵੀ ਰੁਕ ਜਾਏਗੇ ਯੇ ਵੈਰੀ ਗੁੱਡ ਦੇਖਿਆ ਮੁੰਡਾ ਸਿੱਖਦਾ ਜਾ ਰਿਹਾ ਕਿਪ ਇਟ ਅਪ ਬਸ ਅਬਜ਼ਰਵ ਕਰਦਾ ਰਹਾ ਮੈਨੂੰ ਤੂੰ ਵੈਰੀ ਗੁੱਡ ਜੱਜਿਸ ਰੈਡੀ ਹੋ ਤੁਸੀਂ ਬੱਚਿਓ ਰੈਡੀ ਹੋ ਗੇਮ ਵਾਸਤੇ ਅੱਛਾ ਚਲੋ ਜੀ ਫਿਰ ਕਰਦੇ ਹਾਂ ਸ਼ੁਰੂ ਹੇ ਵੀ ਗੋ ਵੈਰੀ ਗੁੱਡ ਇਹ ਦੇਖੋ ਕਿਆ ਲੱਗ ਰਹੇ ਹੈ ਕਿਆ ਖੂਬਸੂਰਤੀ ਹੈ ਦੇਖੋ ਜੀ ਸਰਦਾਰ ਸਾਡੇ ਪੰਜਾਬੀ ਇੰਡਸਟਰੀ ਦੇ ਸਭ ਤੋਂ ਹੈ ਦੇਖੋ ਗੱਲ ਇਦਾਂ ਹੈ ਕਿ ਧਿਆਨ ਨਾਲ ਥੋੜਾ ਜਿਹਾ
ਭਾਜੀ ਪਰਫਿਊਮ ਵਗੈਰਾ ਲਾਇਆ ਨਾ ਤੁਸੀਂ ਹੈ ਇੱਕ ਵਾਰੀ ਫਿਰ ਮਿਊਜ਼ਿਕ ਵਜਾਓ ਜੀ ਆ ਜਾਓ ਭਾਜੀ ਟੱਪੋ ਵੀ ਕਿਆ ਬਾਤ ਹੈ ਭਾਜੀ ਵੈਰੀ ਗੁੱਡ ਕਿਉਂ ਤੁਸੀਂ ਘੁਰੀ ਜਾਂਦੇ ਹੋ ਸਾਡੇ ਮਿਊਜ਼ੀਸ਼ੀਅਨਸ ਨੂੰ ਮੈਨੂੰ ਦੱਸੋ ਆ ਢੋਲੀ ਸਾਹਿਬ ਨੇ ਸਾਡਾ ਕੀ ਵਿਗਾੜਿਆ ਹੈ ਭਾਜੀ ਸਾਹਿਲ ਜੋਰਡਨ ਇੱਦਾਂ ਲੱਗਦਾ ਜੇ ਮੋਟਰਸਾਈਕਲ ਰੋਕਦੇ ਲਓ ਜੀ ਇੱਕ ਵਾਰੀ ਇਹ ਆਊਟ ਹੋ ਗਏ ਇੱਕ ਵਾਰੀ ਇਹ ਆਊਟ ਹੋ ਗਏ ਹੁਣ ਫਾਈਨਲ ਕਰਾਂਗੇ ਦੇਖਦੇ ਹਾਂ ਜਿਹੜਾ ਹਿੱਲ ਗਿਆ ਉਹ ਆਊਟ ਦੂਜਾ ਵਿਨਰ ਹੋਏਗਾ ਮਿਊਜ਼ਿਕ ਇਹ ਦੇਖੋ ਕਿੰਨੇ ਮੋਹਿਤ ਨੇ ਸਟੀਕਰ ਨੂੰ ਦੇਖ ਕੇ ਕਹਿੰਦੇ ਸਟੀਕਰ ਹੀ ਬਹੁਤ ਸੋਹਣਾ ਇਹਨੂੰ ਦੇਖੀ ਜਾਂਦੇ ਨੇ ਕਿੱਦਾਂ ਭਾਜੀ ਬੋਲੋ ਕੁਛ ਤੂੰ ਆ ਜਾ ਕਦਾ ਆਈ ਜਾਂਦਾ ਪਿੱਛੋਂ ਸਾਈਡ ਤੇ ਲਓ ਜੀ ਗੱਲ ਐਦਾਂ ਕਿ ਦੋਨੋਂ ਹੀ ਬਰਾਬਰ ਨੇ ਦੋਨੋਂ ਵਿਨਰ ਨੇ ਜ਼ੋਰਦਾਰ ਤਾੜੀਆਂ ਨਾਲ ਵਾਸਤੇ ਵੈਰੀ ਗੁੱਡ ਬਹੁਤ ਵਧੀਆ ਥੈਂਕ ਯੂ ਸੋ ਮਚ ਕਿਆ ਬਾਤ ਹੈ ਗੁਰਮਹਿਕ ਮੈਂ ਕਿਹਾ ਯਾਰ ਮਜ਼ਾ ਆ ਗਿਆ ਬਹੁਤ ਹੀ ਵਧੀਆ ਗੇਮ ਤੋਂ ਖੜਾਈ ਹੁਣ ਗੱਲ ਐਦਾਂ ਕਿ ਆਪਾਂ ਹੁਣ ਅਗਲੇ ਬੱਚੇ ਨੂੰ ਬੁਲਾ ਲਈਏ ਬੁਲਾ ਲਓ ਭਾਜੀ ਬਸ ਠੀਕ ਹੈ ਇਸੇ ਤਰ੍ਹਾਂ ਨਾ ਤੂੰ ਮਸਤੀ ਕਰਦੀ ਰਹਿਣੀ ਹੈ ਠੀਕ ਹੈ ਹਾਂਜੀ ਭਾਜੀ ਗੇਮ ਖੇਡਦੇ ਰਹਿਣਾ ਤੇ ਬਸ ਮੇਰੀ ਤਾਰੀਫ ਕਰਦੀ ਰਹਿਣੀ ਤੂੰ ਠੀਕ ਹੈ ਹਾਂਜੀ ਭਾਜੀ ਬਸ ਵੈਰੀ ਗੁੱਡ ਵੈਰੀ ਗੁੱਡ ਹੁਣ ਬੁਲਾ ਯਾਰ ਅਗਲੇ ਬੱਚੇ ਨੂੰ ਹੁਣ ਆ ਰਿਹਾ ਹੈ ਸਾਡੇ ਸ਼ੋਅ ਦਾ ਤੀਜਾ ਸੁਰੀਲਾ ਬੱਚਾ ਕਰਨ ਟੋਲੇ ਜਗੀਰੋ ਦਾ ਖੜ ਕੇ ਸਟੇਜ ਤੇ ਵਜਾਉਂਦੀ ਜਦੋਂ ਢੋਲ ਤੇ ਹੁਣ ਵੀ ਤਾਂ ਤੇਰੀ ਭਾਸ਼ਾ ਸੇਮ ਹੀ ਸੀ ਹੁਣ ਕਿਹੜਾ ਕੋਈ ਅਲੱਗ ਸੀ ਢੋਲ ਤੇ ਢੋਲ ਦੇ ਵਿੱਚ ਬਹੁਤ ਫਰਕ ਆਉਂਦਾ ਪੁੱਤ ਠੀਕ ਹੈ ਤੇ ਮੈਨੂੰ ਉਮੀਦ ਹੈ ਕਿ ਮੰਨੇਗਾ ਗੁੱਸਾ ਨਹੀਂ ਕਰੇਗਾ ਚੱਲ ਜਿਉਂਦਾ ਰਹੇ ਥੈਂਕ ਯੂ ਜੀ ਵੀਰ ਸਿੰਘ ਜੀ ਹਾਂ ਵੀ ਮਿੱਤਰਾ ਜੀ ਸਰ ਅੰਤਰੇ ਦੇ ਵਿੱਚ ਕੀ ਪ੍ਰੋਬਲਮ ਆਈ ਸੀ ਸਰ ਜੀ ਥੋੜ੍ਹੀ ਜਿਹੀ ਭੁੱਲ ਗਈ ਸੀ ਸਰ ਤੈਨੂੰ ਲੱਗਦਾ ਕਿ ਹੁਣ ਭੁੱਲਣ ਵਾਲੀ ਸਟੇਜ ਹੈਗੀ ਆ ਪਿਛਲੇ ਰਾਊਂਡ 'ਚ ਆਪਾਂ ਤੁਹਾਡਾ ਐਲੀਮੀਨੇਸ਼ਨ ਦਾ ਕੋਈ ਨਹੀਂ ਸੀਗਾ ਇਸ ਵਾਰੀ ਹੈਗਾ ਹਾਂਜੀ ਸਰ ਸੋ ਤੈਨੂੰ ਇਹ ਚੀਜ਼ ਖਿਆਲ 'ਚ ਰੱਖਣੀ ਚਾਹੀਦੀ ਆ ਠੀਕ ਹੈ ਦੋ ਲਾਈਨਾਂ ਦੀ ਸਥਾਈ ਅਤੇ ਤਿੰਨ ਲਾਈਨਾਂ ਦਾ ਅੰਤਰ ਟੋਟਲ ਪੰਜ ਜਾਂ ਹੱਦ ਤੋਂ ਹੱਦ 6 ਲਾਈਨਾਂ ਦਾ ਗਾਣਾ ਜੇ ਕਾਕਾ ਉਸ 'ਚ ਵੀ ਭੁੱਲੇਗਾ ਤਾਂ ਕਿੱਦਾਂ ਚੱਲੇਗਾ ਕੰਮ ਉਹ ਗਾਣੇ ਕਿੱਦਾਂ ਗਾਓਗੇ ਜਿਹਦੇ 'ਚ ਬੋਲ ਬਹੁਤ ਜ਼ਿਆਦਾ ਹੁੰਦੇ ਹੈ ਜਾਂ ਦੋ ਦੋ ਅੰਤਰੇ ਜਦੋਂ ਯਾਦ ਕਰਨੇ ਪੈਣਗੇ ਜੋ ਮੈਂ ਫੀਲ ਕਰਦਾ ਪੁੱਤਰ ਤੇਰੇ ਅੰਦਰ ਨਾ ਬੇਚੈਨੀ ਜ਼ਿਆਦਾ
ਸੋ ਇਹੀ ਰਿਕੁਐਸਟ ਹੈ ਕਿ ਗਾਣਾ ਪ੍ਰੋਪਰਲੀ ਯਾਦ ਰੱਖਿਆ ਕਰੋ ਸਰ ਜੀ ਮੈਂ ਸਿੱਖਿਆ ਵੀ ਕਿੱਦਾਂ ਸਰ ਜੀ ਛੋਟੇ ਹੁਣ ਸਹੀ ਰਿਕਾਰਡਿੰਗ ਕਰਕੇ ਸਿੱਖਿਆ ਸੀ ਸਰ ਗਾਣਾ ਅੱਛਾ ਹੋਰ ਕਿੱਦਾਂ ਸਿੱਖਣਾ ਚਾਹੁੰਦਾ ਤੂੰ ਸਹੀ ਮੇਰੇ ਲੱਗਾ ਸੀ ਫੋਨ ਵੀ ਨਹੀਂ ਨਾ ਵੱਡਾ ਸਰ ਜੀ ਨੈਟ ਦਾ ਕੱਢ ਦੇਣਾ ਛੋਟੇ ਫੋਨ 'ਚ ਰਿਕਾਰਡਿੰਗ ਕੀਤੀ ਨਾ ਸਰ ਜੀ ਆਵਾਜ਼ ਸੁਣਦੀ ਸੀ ਉਹਦੇ 'ਚ ਸਹੀ ਸਹੀ ਨਹੀਂ ਪਤਾ ਲੱਗਦਾ ਸੀ ਬਲਕਿ ਕੀ ਬੋਲਦੇ ਵੇ ਮਿਊਜ਼ੀਸ਼ੀਅਨਸ ਨਾਲ ਰਿਹਰਸਲ ਹੋਈ ਸੀ ਨਾ ਹਾਂਜੀ ਸਰ ਤੇ ਫਿਰ ਸਰ ਅੱਗ ਵਾਸਤੇ ਸੁਧਾਰਾਂਗੇ ਆਪਾਂ ਸਿੱਖਣਾ ਸ਼ੁਰੂ ਕਰੋ ਹਾਂਜੀ ਸਰ ਥੋੜ੍ਹੀ ਜਿਹੀ ਅਕਲ ਕਰੋ ਬੇਟੇ ਚੱਲ ਜੋ ਜੱਜਿਸ ਕਹਿ ਰਹੇ ਆ ਉਹ ਸੁਣਨਾ ਠੀਕ ਹੈ ਹਾਂ ਗੌਰ ਕਰਨਾ ਪੂਰਾ ਗੌਰ ਕਰਨਾ ਅੱਗੇ ਤੋਂ ਖਿਆਲ ਰੱਖਿਆ ਜਾ ਹੁਣ ਵਾਰੀ ਹੈ ਜੀ ਚੌਥੀ ਸੁਰੀਲੀ ਪਰਫਾਰਮੈਂਸ ਦੀ ਤੇ ਇਸ ਦੇ ਲਈ ਆਪਾਂ ਬੁਲਾਉਂਦੇ ਹਾਂ ਜੀ ਸਰਗਮ ਨੂੰ ਫੇਰ ਸਟੈਂਡਿੰਗ ਓਵੇਸ਼ਨ ਕਮਲ ਭਾਜੀ ਵੱਲੋਂ ਚੱਕਦੇ ਫਟੇ ਹਾਂ ਜੀ ਵੈਰੀ ਗੁੱਡ ਇੰਜੋਏ ਕੀਤਾ ਪੂਰਾ ਹਾਂਜੀ ਸਰ ਮੈਂ ਕਿਹਾ ਜੀ ਸਾਨੂੰ ਵੀ ਬੜਾ ਹੀ ਮਜ਼ਾ ਆਇਆ ਕਿਉਂ ਵੀ ਗੁਰਮਹਿਕ ਹਾਂਜੀ ਭਾਜੀ ਪੂਰਾ ਨੱਚੇ ਅਸੀਂ ਤਾਂ ਹਾਂ ਤਾਂ ਫਿਰ ਕਿਹਨੂੰ ਪੁੱਛੀਏ ਪਹਿਲਾਂ ਪੁੱਛਦੇ ਹਾਂ ਸਚਿਨ ਭਾਜੀ ਤੋਂ ਉਹ ਬੜੇ ਹੱਸ ਰਹੇ ਨੇ ਉਹ ਹੱਸ ਰਹੇ ਨੇ ਮੈਂ ਬਹੁਤ ਅੱਛਾ ਗਾਇਆ ਸਰਗਮ ਬਹੁਤ ਅੱਛਾ ਗਾਇਆ ਤੁਸੀਂ ਥੈਂਕ ਯੂ ਸਰ ਬਹੁਤ ਅੱਛਾ ਗਾਇਆ ਥੈਂਕ ਯੂ ਔਰ ਸਭ ਤੋਂ ਜ਼ਿਆਦਾ ਮੈਨੂੰ ਖੁਸ਼ੀ ਇਸ ਗੱਲ ਦੀ ਹੈ ਕਿ ਇਹ ਕੁੜੀ ਪੰਜਾਬ ਤੋਂ ਨਾ ਹੋਣ ਦੇ ਬਾਵਜੂਦ ਪੰਜਾਬੀ ਦਾ ਜੋ ਇਹਦਾ ਐਕਸੈਂਟ ਔਰ ਜੋ ਪ੍ਰੋਨੰਸੀਏਸ਼ਨ ਹੈ ਉਹ ਇੰਨਾ ਅੱਛਾ ਇਹਦਾ ਅਤੇ ਸਿੱਖ ਕੇ ਜੇ ਬੰਦਾ ਕੰਮ ਕਰਨਾ ਚਾਹੇ ਕੋਈ ਤਾਂ ਕਰ ਸਕਦਾ ਸੋ ਸ਼ੀ ਇਜ਼ ਦੀ ਬੈਸਟ ਐਗਜ਼ਾਮਪਲ ਇਹਨਾਂ ਬੱਚਿਆਂ 'ਚ ਜੇ ਤੁਸੀਂ ਮਿਹਨਤ ਕਰੋ ਔਰ ਸਿੱਖ ਕੇ ਕਰਨਾ ਚਾਹੋ ਕਰਨ ਸਾਹਿਬ ਤਵੱਜੋ ਦੇਣਾ ਜ਼ਰਾ ਆਈ ਐਮ ਪ੍ਰਾਊਡ ਆਫ ਯੂ ਗੋਡ ਬਲੈਸ ਯੂ ਫੈਂਟੈਸਟਿਕ ਥੈਂਕ ਯੂ ਸਰ ਥੈਂਕ ਯੂ ਜੀ ਬੀਰ ਸਿੰਘ ਜੀ ਸਰਗਮ ਬਹੁਤ ਸੋਹਣੀ ਪਰਫੋਰਮੈਂਸ ਦਿੱਤੀ ਤੁਸੀਂ ਥੈਂਕ ਯੂ ਸਰ ਆਈ ਹੋਪ ਨੀਲ ਨਾ ਪਿਆ ਹੋਵੇ ਤੁਸੀਂ ਨੱਚੇ ਵੀ ਬਹੁਤ ਆਏ ਸੀ ਹੈ ਨਾ ਬੜਾ ਪਿਆਰਾ ਗੀਤ ਸੀਗਾ ਬਹੁਤ ਸੋਹਣਾ ਨਿਭਾਇਆ ਤੁਸੀਂ ਥੈਂਕ ਯੂ ਸਰ ਸਰਗਮ ਤੁਸੀਂ ਇੱਕ ਇੱਕ ਗੱਲ ਨੂੰ ਇੰਨੀ ਖੂਬਸੂਰਤੀ ਨਾਲ ਬਿਆਨ ਕੀਤਾ ਥੈਂਕ ਯੂ ਸਰ ਮੈਂ ਤਾਂ ਝੂਮ ਰਿਹਾ ਸੀ ਪੂਰਾ ਤੁਹਾਡੇ ਗਾਣੇ ਦੇ ਵਿੱਚ ਥੈਂਕ ਯੂ ਸਰ ਔਰ ਮੈਂ ਸਪੈਸ਼ਲ ਥੈਂਕਸ ਕਰਨਾ ਚਾਹੁੰਦਾ ਜੈਨੀ ਜੋਲ ਜੀ ਦਾ ਉਹ ਇੱਥੇ ਆਏ ਤੁਹਾਨੂੰ ਸਾਰਿਆਂ ਨੂੰ ਇੰਨਾ ਬੂਸਟ ਕੀਤਾ ਅੱਜ ਦੀ ਬਾਜ਼ੀਅਰ ਕੁੜੀਆਂ ਮਾਰ ਕੇ ਇੱਕ ਵਾਰੀ ਜ਼ੋਰਦਾਰ ਤਾੜੀ ਵਜਾ ਸੋ ਗੋਡ ਬਲੈਸ ਯੂ ਬੱਚੇ ਇੱਦਾਂ ਹੀ ਮਿਹਨਤ ਕਰਦੇ ਰਹੋ ਅੱਗੇ ਵੱਧਦੇ ਰਹੋ ਕੀ ਬਾਤ ਹੈ ਜੀ ਤੇ ਨਾਲ ਹੀ ਨਾਲ ਅਸੀਂ ਪੁੱਛਾਂਗੇ ਜੀ ਸਾਡੇ ਗੈਸਟ ਤੋਂ ਦੱਸੋ ਜੀ ਸਰਗਮ ਹਾਂਜੀ ਸਰ ਛੋਟੀ ਭੈਣ ਦਾ ਜਿੰਨਾ ਸੋਹਣਾ ਨਾਮ ਉਨਾ ਹੀ ਵਧੀਆ ਪਰਫਾਰਮ ਕੀਤਾ ਸਵਾਦ ਆ ਰਿਹਾ ਪੂਰਾ ਬਹੁਤ ਵਧੀਆ ਪਰਫਾਰਮੈਂਸ ਗੋਡ ਬਲੈਸ ਯੂ ਕੀਪ ਇਟ ਅਪ ਜਿਹੜੇ ਐਕਸਪ੍ਰੈਸ਼ਨਸ ਨਾਲ ਤੁਸੀਂ ਵਧੀਆ ਤਰ੍ਹਾਂ ਐਕਸਪ੍ਰੈਸ ਕਰ ਰਹੇ ਸੀ ਨਾ ਨਖਰੇ ਨਾਲ ਮਿਸ ਪੂਜਾ ਹੋਣਾ ਦਾ ਜਿਹੜਾ ਇੱਕ ਪਰਟੀਕੂਲਰ ਨਖਰਾ ਉਹ ਮੈਨੂੰ ਮਹਿਸੂਸ ਹੋਇਆ ਤੁਹਾਡੇ ਗਾਣੇ 'ਚ ਬਹੁਤ ਵਧੀਆ ਲੱਗਾ ਮੈਨੂੰ ਸੱਚੀ ਵੈਰੀ ਗੁੱਡ ਜੀ ਲਓ ਜੀ ਵਾਕਈ ਜੀ ਕਮਲ ਭਾਜੀ ਅੱਜ ਦਾ ਇਹ ਐਪੀਸੋਡ ਕੁੜੀਆਂ ਨੂੰ ਡੈਡੀਕੇਟ ਕੀਤਾ ਜਾਂਦਾ ਹੈ ਨਾ ਚਲੋ ਫਿਰ ਠੀਕ ਹੈ ਆ ਜਾਓ ਦੋਸਤੋ ਅੱਜ ਦੇ ਇਸ ਐਪੀਸੋਡ ਦੇ ਵਿੱਚ ਬੱਚੀਆਂ ਨੇ ਦੋ ਪਰਫਾਰਮੈਂਸਿਸ
ਤੇ ਇਹਨਾਂ ਦੋ ਬੱਚਿਆਂ ਨੂੰ ਮੈਂ ਇੱਕ ਗੱਲ ਹੀ ਕਹਿਣਾ ਚਾਹਾਂਗਾ ਕਿ ਲੱਕ ਦਲਦਲ ਹੋਵੇ ਹਮੇਸ਼ਾ ਪੈਰ ਜਮਾਏ ਰੱਖੋ, ਹੱਥ ਖਾਲੀ ਹੀ ਸਹੀ ਹਮੇਸ਼ਾ ਉਠਾਏ ਰੱਖੋ। ਵਾਹ, ਕੌਣ ਕਹਿੰਦਾ ਏ ਕਿ ਛੰਨਣੀ 'ਚ ਪਾਣੀ ਰੁਕ ਨਹੀਂ ਸਕਦਾ, ਬਰਫ਼ ਬਣਨ ਤੱਕ ਹੌਸਲਾ ਬਣਾਏ ਰੱਖੋ। ਵਾਹ 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 ਭਾਜੀ, ਇਸੇ ਗੱਲ ਤੇ ਤਾਂ ਮੈਂ ਫੈਨ ਹਾਂ। ਆ ਵੈਰੀ ਗੁੱਡ ਵੈਰੀ ਗੁੱਡ, ਤਾਂ ਇਹਨੂੰ ਆਪਣਾ ਚੇਲਾ ਬਣਾਇਆ। ਮੈਂ ਤੁਹਾਡੇ ਤੋਂ ਸਿੱਖਣੀ ਹੈ ਐਂਕਰਿੰਗ ਦੇ ਅੱਧੋ ਅੱਧ ਗੁਣ, ਤਾਂ ਮੈਂ ਤੁਹਾਡੇ ਤੋਂ ਸਿੱਖ ਲਏ। ਵੈਰੀ ਗੁੱਡ, ਇਹ ਹੀ ਚੀਜ਼ ਤਾਂ ਸਿੱਖਣੀ ਹੈ ਮੈਂ ਤੁਹਾਡੇ ਤੋਂ। ਓਹੋ, ਤੂੰ ਟੈਨਸ਼ਨ ਨਾ ਲੈ ਯਾਰ, ਮੈਂ ਤੈਨੂੰ ਇਹ ਚੀਜ਼ਾਂ ਸਿਖਾਉਂਦਾ ਰਹੂੰਗਾ, ਤੂੰ ਟੈਨਸ਼ਨ ਨਾ ਲੈ, ਤੈਨੂੰ ਮੈਂ ਬਹੁਤ ਵੱਡਾ ਐਂਕਰ ਬਣਾਉਂਗਾ, ਠੀਕ ਹੈ? ਹਾਂ, ਹੁਣ ਇਹੋ ਜਿਹੀਆਂ ਗੱਲਾਂ ਮੈਂ ਤੈਨੂੰ ਬੈਕ ਸਟੇਜ ਸਮਝਾਉਣਾ, ਇੰਨੀ ਦੇਰ ਤੱਕ ਆਪਾਂ ਇੱਕ ਬ੍ਰੇਕ ਲੈ ਲੈਂਦੇ, ਠੀਕ ਹੈ? ਠੀਕ ਹੈ ਭਾਜੀ, ਚਲੋ। ਲਓ ਜੀ ਦੋਸਤੋ, ਅਸੀਂ ਦੋਨੋਂ ਛੋਟੀ ਜਿਹੀ ਬ੍ਰੇਕ ਲੈਣ ਜਾ ਰਹੇ ਹਾਂ। ਸੋ ਹੁਣੇ ਗਏ, ਹੁਣੇ ਆਏ, ਮਿਲਦੇ ਇੱਕ ਅਟਰਲੀ ਪਟਰਲੀ ਬ੍ਰੇਕ ਤੋਂ ਬਾਅਦ। ਹਾਇਰ ਨੋਟਸ ਇਸ਼ਾਨ ਲੱਗੇ ਨਹੀਂ ਪੁੱਤਰ, ਬਿਲਕੁਲ ਵੀ ਨਹੀਂ ਲੱਗੇ। ਇਹ ਬਹੁਤ ਹੁਣ ਸੀਰੀਅਸ ਇਸ਼ੂ ਹੈ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅਮਲ ਪ੍ਰੈਜ਼ੈਂਟਸ ਵੌਇਸ ਆਫ ਪੰਜਾਬ ਛੋਟਾ ਚੈਮ ਸੀਜ਼ਨ 4 ਦੇ ਵਿੱਚ। ਸਾਡੇ ਸ਼ੋਅ ਦੇ ਕੋ ਪ੍ਰੈਜ਼ੈਂਟਰ ਨੇ ਕੋਲਗੇਟ ਸਟਰੋਂਗ ਟੀਥ ਤੇ ਪਤੰਜਲੀ ਹਰਬਲ ਪਾਵਰ ਫੀਟਾ, ਪਾਵਰਡ ਬਾਈ ਗੁੱਡ ਨਾਈਟ ਐਡਵਾਂਸਡ ਐਕਟਿਵ ਪਲੱਸ ਐਂਡ ਲਾਈਫ ਬੋਏ। ਸ਼ੋਅ ਦੇ ਐਸੋਸੀਏਟ ਸਪੋਂਸਰ ਨੇ ਜੌਲੀ ਤੁਲਸੀ 51 ਡਰੋਪ ਤੇ ਸਟਾਈਲ ਪਾਰਟਨਰ ਨੇ ਪੈਂਟਾਲੂਨਸ। ਕਿਆ ਬਾਤ ਹੈ ਗੁਰਮਹਿਕ, ਮੈਂ ਕਿਹਾ ਯਾਰ ਕਿਆ ਮਜ਼ਾ ਆ ਰਿਹਾ ਨਾ ਅੱਜ ਦੇ ਇਸ ਐਪੀਸੋਡ ਦੇ ਵਿੱਚ, ਇੰਨੀ ਆਪਾਂ ਮਸਤੀ ਕਰ ਰਹੇ ਹਾਂ, ਫਨ ਕਰ ਰਹੇ ਹਾਂ। ਦੇਖੋ ਦੋਨੋਂ ਕੁੜੀਆਂ ਨੇ ਕਿੰਨੀ ਵਧੀਆ ਪਰਫਾਰਮੈਂਸ ਦਿੱਤੀ ਹੈ ਭਾਜੀ। ਅੱਜ ਦੇ ਐਪੀਸੋਡ ਤਾਂ ਕੁੜੀਆਂ ਦੇ ਨਾਲ ਹੋ ਗਿਆ, ਕਮਲ ਭਾਜੀ ਨੇ ਜਿਵੇਂ ਕਿਹਾ। ਬਿਲਕੁਲ ਸਹੀ ਕਿਹਾ। ਹੁਣ ਇੱਕ ਕੰਮ ਕਰ, ਤੂੰ ਅਗਲੇ ਕੰਟੈਸਟੈਂਟ ਨੂੰ ਬੁਲਾ ਫਟਾਫਟ। ਤੇ ਹੁਣ ਆ ਰਿਹਾ ਸਾਡਾ ਅਗਲਾ ਸੁਰੀਲਾ ਬੱਚਾ ਇਸ਼ਾਨ ਲੂੰਬਾ। ਬੱਚਿਆਂ ਤੋਂ ਵੱਡਿਆਂ ਵੱਲ ਆਵਾਜ਼ ਜਾ ਰਹੀ ਹੈ, ਉਹ ਜਦੋਂ ਹੁੰਦਾ ਹੈ ਟ੍ਰਾਂਜੀਸ਼ਨ ਤਾਂ ਥੋੜਾ ਵੋਇਸ 'ਚ ਸਟ੍ਰੈਸ ਜ਼ਿਆਦਾ ਹੁੰਦਾ। ਸੋ ਹਾਇਰ ਨੋਟਸ ਇਸ਼ਾਨ ਲੱਗੇ ਨਹੀਂ ਪੁੱਤਰ, ਬਿਲਕੁਲ ਵੀ ਨਹੀਂ ਲੱਗੇ। ਇਹ ਬਹੁਤ ਹੁਣ ਸੀਰੀਅਸ ਇਸ਼ੂ ਹੈ, ਕਿਉਂਕਿ ਤੁਸੀਂ ਅੱਛਾ ਗਾ ਸਕਦੇ ਹੋ, ਅੱਛੇ ਸਿੰਗਰ ਹੋ, ਸਾਨੂੰ ਪਤਾ, ਅਸੀਂ ਸੁਣਿਆ ਹੋਇਆ ਤੁਹਾਨੂੰ। ਤੁਹਾਨੂੰ ਅਸੀਂ ਆਡੀਸ਼ਨ ਦੇ ਵਿੱਚੋਂ ਗੋਲਡ ਮੈਡਲ ਦੇ ਕੇ ਅਸੀਂ ਸਿੱਧਾ ਸਟੂਡੀਓ ਦੇ ਵਿੱਚ ਬੁਲਾਇਆ, ਪਰ ਇਸ ਸਟੇਜ 'ਤੇ ਆ ਕੇ ਤੁਸੀਂ ਇੱਦਾਂ ਦੀ ਪਰਫੋਰਮੈਂਸ ਕਰੋਗੇ ਯਾਰ, ਅਸੀਂ ਤੁਹਾਨੂੰ ਸਾਰਿਆਂ ਨੂੰ ਬੜਾ ਪਿਆਰ ਕਰਦੇ ਹਾਂ, ਜਦੋਂ ਤੁਸੀਂ ਇੱਦਾਂ ਦੀ ਪਰਫੋਰਮੈਂਸ ਕਰਦੇ ਹੋ ਸਾਡਾ ਦਿਲ ਬੜਾ ਦੁਖਦਾ ਆ। ਇਸ਼ਾਨ, ਹਰੇਕ ਗਾਣੇ ਦੀ ਰਮਜ਼ ਨੂੰ ਫੜਨਾ ਬੜਾ ਜ਼ਰੂਰੀ ਹੁੰਦਾ, ਗਾਣੇ ਦੇ ਬੋਲ ਕੀ ਕਹਿ ਰਹੇ ਨੇ ਔਰ ਤੁਹਾਡਾ ਮੂਡ ਕੀ ਕਹਿ ਰਿਹਾ।
जो मैच नहीं करते तो परफॉर्मेंस कदे भी वधिया नहीं जाती। ख्याल रखा करो इन चीज़ों का। थैंक यू। थैंक यू जी, थैंक यू सो मच जजेस। आ जाओ ईशान, लै भी गुरमहक। ਆਪਾਂ ਗੱਲ ਕੀਤੀ ਸੀ ਕਿ ਆਪਣੇ ਸ਼ੋਅ ਦੇ ਵਿੱਚ ਮਸਤੀ ਚੱਲਦੀ ਰਹਿਣੀ ਚਾਹੀਦੀ ਹੈ, ਹਨਾ? ਹਾਂਜੀ ਭਾਜੀ। ਥੋੜੀ ਦੇਰ ਪਹਿਲਾਂ ਤੂੰ ਮਸਤੀ ਕੀਤੀ। ਹਾਂਜੀ। ਹੁਣ ਮੈਂ ਸੋਚ ਰਿਹਾ ਕਿ ਮੈਂ ਵੀ ਮਸਤੀ ਕਰ ਲਾਂ ਥੋੜੀ ਜੀ। ਤੁਸੀਂ? ਹਾਂਜੀ। ਲਓ ਜੀ ਕਰੀਏ ਫਿਰ। ਹਾਂਜੀ ਭਾਜੀ, ਠੀਕ ਆ। ਲਓ ਜੀ, ਗੱਲ ਐਦਾਂ ਹੈ ਕਿ ਜਿਹੜੇ ਸਾਡੇ ਸੈਲੀਬ੍ਰਿਟੀ ਗੈਸਟ ਨੇ, ਜੈਨੀ ਜੀ ਪਹਿਲਾਂ ਹੀ ਸ਼ਰਮਾ ਗਏ ਮੈਨੂੰ ਦੇਖ ਕੇ, ਪਤਾ ਨਹੀਂ ਕਿਉਂ। ਮੈਨੂੰ ਪਤਾ ਤੁਸੀਂ ਫਸਾਉਣ ਵਾਲੀ ਆ। ਕੋਈ ਫਸਾਉਣ ਵਾਲੀਆਂ ਆਪਾਂ ਚੀਜ਼ਾਂ ਨਹੀਂ ਕਰ ਰਹੇ, ਇੱਥੇ ਮਸਤੀ ਕਰ ਰਹੇ ਹਾਂ, ਠੀਕ ਹੈ ਜੀ। ਸੋ ਹੁਣ ਗੱਲ ਐਦਾਂ ਕਿ ਜੈਨੀ ਜੀ ਤੁਸੀਂ ਆ ਜਾਓ, ਆਓ ਆਜੋ ਆਜੋ ਆਜੋ। ਥੋੜ੍ਹੀ ਦੇਰ ਪਹਿਲਾਂ ਆਪਾਂ ਸਟੈਚੂ ਗੇਮ ਖੇਡੀ, ਹੈ ਨਾ? ਹੁਣ ਉਹੀ ਗੇਮ ਫਿਰ ਆਪਾਂ ਖੇਡਣੀ ਹੈ, ਠੀਕ ਹੈ? ਅਤੇ ਤੁਹਾਨੂੰ ਹੁਣ ਥੋੜ੍ਹਾ ਜਿਹਾ ਆਈਡੀਆ ਹੈ ਕਿ ਉਹ ਗੇਮ ਆਪਾਂ ਕਿਸ ਤਰ੍ਹਾਂ ਖੇਡਾਂਗੇ? ਭਾਜੀ, ਇਸ ਦਾ ਆਈਡੀਆ ਮੈਂ ਦਵਾਂ? ਤੂੰ ਦੇਂਗਾ ਆਈਡੀਆ? ਉਹ ਆਈਡੀਆ ਮੇਰੇ ਕੋਲ ਹੈਗਾ ਆਲਰੇਡੀ। ਹੈਗਾ? ਹਾਂ, ਉਹ ਆਈਡੀਆ ਇਹ ਹੈ ਕਿ ਹੁਣ ਜੈਨੀ ਜੀ ਇੱਥੇ ਗਾਣਾ ਪਰਫਾਰਮ ਕਰਨਗੇ, ਜੈਨੀ ਜੀ ਗਾਣਾ ਗਾਣਗੇ ਅਤੇ ਸਾਡੇ ਜਜਿਸ ਨੱਚਣਗੇ। ਜੈਨੀ ਜੀ ਗਾਣਾ ਗਾਉਣਗੇ ਤੇ ਸਾਡੇ ਜੱਜੀਸ ਛਾਉਣਗੇ। ਹਾਏ ਹਾਏ, ਕੀ ਬਾਤ ਹੈ! ਹੁਣ ਗੱਲ ਇਹਦਾ, ਜੱਜੀਸ ਤੁਹਾਨੂੰ ਇੱਧਰ ਆਉਣਾ ਪੈਣਾ ਅਤੇ ਤੁਸੀਂ ਗਾਣਾ ਪਰਫਾਰਮ ਕਰੋਗੇ। ਤੁਸੀਂ ਕਿਤੇ ਵੀ ਗਾਣਾ ਬੰਦ ਕਰ ਸਕਦੇ ਹੋ, ਇਹ ਤੁਹਾਡੀ ਮਰਜ਼ੀ ਹੈ, ਠੀਕ ਹੈ? ਸੋ ਆਈ ਰਿਕੁਐਸਟ ਜੱਜੀਸ, ਪਲੀਜ਼ ਕਮ ਔਨ ਦ ਸਟੇਜ। ਲਓ ਜੀ ਦੋਸਤੋ, ਜੱਜੀਸ ਸਟੇਜ ਦੇ ਉੱਤੇ ਆ ਚੁੱਕੇ ਨੇ ਅਤੇ ਜੈਨੀ ਜੀ ਤੁਸੀਂ ਕਰੋ ਸ਼ੁਰੂ ਗਾਣਾ ਅਤੇ ਬੱਚਿਓ ਮਾਰੋ ਫਿਰ ਤਾੜੀਆਂ। ਸਟੈਚੂ ਗੇਮ। ਗੋਬਿੰਦ ਰੱਖੀ ਦੀ ਸੀਡੀ ਨਦੀਆਂ ਗੱਡੀਆਂ ਚ ਰਹੇ ਵੱਜਦੀ, ਸੁਣੇ ਤੂੰ ਸਨੂਪ ਬੋਨ ਜੋਬੀ ਨੂੰ ਜੋ ਗੱਲ ਕਰਦੇ ਨਾ ਚੱਜਦੀ, ਸੁਣੇ ਤੂੰ ਸਨੂਪ ਬੋਨ ਜੋਬੀ ਨੂੰ ਜੋ ਗੱਲ ਕਰਦੇ ਨਾ ਚੱਜਦੀ, ਰੀਸ ਕਰੂ ਕੀ ਬ੍ਰੈਂਡ ਮੁੱਛਾਂ ਖੁੱਟੀਆਂ ਦੀ ਦੇਸੀ ਦੇਸੀ ਕਹਿਣ ਵਾਲੀ ਹੋ ਸਾਡੇ ਪਿੰਡਾਂ ਦੇ। ਕੈਸਾ ਨਾਰਾ ਲਾ ਰਹੇ ਹੋ ਤੁਸੀਂ ਭਾਜੀ, ਹਿੱਲ ਨੀ ਰਹੇ, ਬਣ ਗਈ ਗੱਲ। ਭਾਜੀ ਵਾਹ, ਸਿੰਘ ਸਾਹਿਬ ਦੀ ਗ੍ਰੇਟ। ਭਾਜੀ ਗੱਲ ਸੁਣੋ, ਉਹ ਮੱਖੀ ਮੱਖੀ ਬਹਿ ਗਈ ਪੱਗ ਤੇ, ਭਾਜੀ ਸ਼ਹਿਦ ਵਾਲੀ ਮੱਖੀ ਆ, ਡੰਗ ਮਾਰੂਗੀ, ਦੇਖੋ। ਨਹੀਂ ਖਾਨ ਸਾਹਿਬ, ਕੈਸੀ ਗੱਲ ਹੈ, ਕੈਸੀ ਗੱਲ ਹੈ ਭਾਜੀ ਨੇ ਦੋਨੋਂ ਮੁੱਠੀਆਂ, ਦੇਖੋ ਮੋਟਰਸਾਈਕਲ ਦਾ। ਕਿਆ ਬਾਤ ਹੈ ਜੀ, ਸਾਡੇ ਜੱਜਿਸ ਨੇ ਗ੍ਰੇਟ, ਇੱਕ ਵਾਰੀ ਜ਼ੋਰਦਾਰ ਤਾੜੀਆਂ ਸਾਡੇ ਜੱਜਿਸ ਵਾਸਤੇ। ਹੁਣ ਗੱਲ ਇੱਦਾਂ ਹੈ ਕਿ ਹੁਣ ਇੱਕ ਵਾਰ ਫਿਰ ਮਿਊਜ਼ਿਕ ਹੋਏਗਾ, ਇੱਕ ਵਾਰ ਫਿਰ ਗੀਤ ਹੋਏਗਾ, ਪਰ ਇਸ ਵਾਰ ਕੋਈ ਸਟੈਚੂ ਨਹੀਂ ਬਣੇਗਾ, ਸਾਰੇ ਨੱਚਣਗੇ, ਠੀਕ ਹੈ ਜੀ? ਸੋ ਫਿਰ ਹੋ ਜਾਵੇ ਗੀਤ। ਮੈਨੂੰ ਕਹਿੰਦੀ ਮਿੱਤਰਾ ਤੂੰ ਮੁੱਛ ਰੱਖੀ ਆ, ਓ ਮੈਂ ਕਿਆ ਜੱਜਦੀ ਆ ਸਾਨੂੰ ਬਿਲੋਤਾ, ਓ ਮੈਨੂੰ ਕਹਿੰਦੀ ਮਿੱਤਰਾ ਤੂੰ ਮੁੱਛ ਰੱਖੀ ਆ, ਮੈਂ ਕਿਆ ਜੱਜਦੀ ਆ ਸਾਨੂੰ ਬਿਲੋਤਾ, ਓ ਮੈਨੂੰ ਕਹਿੰਦੀ ਮਿੱਤਰਾ ਤੂੰ ਮੁੱਛ ਰੱਖੀ ਆ, ਮੈਂ ਕਿਆ ਜੱਜਦੀ ਆ ਸਾਨੂੰ ਬਿਲੋਤਾ, ਓ ਕਹਿੰਦੀ ਕਿੰਨੇ ਯਾਰ ਤੇਰੇ, ਮੈਂ ਕਿਆ ਸੁੱਖ ਨਾ ਬਥੇਰੇ, ਕਿੰਨੇ ਯਾਰ ਤੇਰੇ, ਮੈਂ ਕਿਆ ਸੁੱਖ ਨਾ ਬਥੇਰੇ, ਮੈਨੂੰ ਦੋਏ ਹੱਥੀ ਕਰਦੇ ਨੇ ਚਾਂ, ਸਾਨੂੰ ਬਿਲੋਤਾ, ਮੈਨੂੰ ਕਹਿੰਦੀ ਮਿੱਤਰਾ ਤੂੰ ਮੁੱਛ ਰੱਖੀਆ, ਮੈਂ ਕਿਆ ਜੱਜਦੀ ਆ ਸਾਨੂੰ ਬਿਲੋਤਾ, ਸੂਲ ਬਿਨਾਂ ਗੱਲ ਤੋਂ ਨਾ ਲੜੀਏ, ਓ ਕੁੜੀਆਂ ਦੇ ਰਾਹ ਚ ਨਾ ਜਾਣ ਜਾਣ ਖੜੀਏ, ਰੱਖਿਆ ਆ ਸੂਲ ਬਿਨਾਂ ਗੱਲ ਤੋਂ ਨਾ ਲੜੀਏ, ਕੋਈ ਆਣ ਕੇ ਜੇ ਖੰਗੇ ਲਵੇ ਜਾਣ ਕੇ ਜੇ ਪੰਗੇ, ਆਣ ਕੇ ਜੇ ਖੰਗੇ ਲਵੇ ਜਾਣ ਕੇ ਜੇ ਪੰਗੇ, ਚੜ ਦਈ ਦੇ ਲਫੇੜੇ ਉਸੇ ਥਾਂ, ਓ ਮੈਨੂੰ ਕਹਿੰਦੀ ਮਿੱਤਰਾ ਤੂੰ ਮੁੱਛ ਰੱਖੀਆ, ਮੈਂ ਕਿਆ ਜੱਜਦੀ ਆ ਸਾਨੂੰ ਬਿਲੋਤਾ, ਸਾਨੂੰ ਬਿਲੋਤਾ,
तस्वीर गवाही है देख सरदारी गभरू दी तेरी तस्वीर गवाही है सरदार खपी खान फिर छिड़क दी जान तार खपी खान फिर छिड़क दी जान ताही जिंदगी लखाउंदी साडे नाल मैनू कहिंदी मित्रा तू मुठ रखिया मैं कह जचदी आ सानू बिलोता मैनू कहिंदी मित्रा तू मुठ रखिया मैं कह जचदी आ लो जी दोस्तों ਇਸੇ ਖੁਸ਼ੀ ਤੇ ਹੁਣ ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲੈਣ ਜਾ ਰਹੇ ਹਾਂ ਇੱਕ ਪਰਫਾਰਮੈਂਸ ਬਚੀ ਹੈ ਸੋ ਮਿਲਦੇ ਇੱਕ ਅਟਰਲੀ ਬਟਰਲੀ ਬ੍ਰੇਕ ਦਵਾ ਥਰੂ ਆਊਟ ਦਾ ਸੌਂਗ ਤੁਹਾਡਾ ਸੁਰ ਥੋੜ੍ਹਾ ਚੜਿਆ ਸੀਗਾ ਤਿਆਰੀ ਵੱਲ ਹੋਰ ਧਿਆਨ ਦਿਓ ਉਸਤਾਦ ਜੀ ਜੋ ਕਹਿੰਦੇ ਨੇ ਪ੍ਰੋਪਰਲੀ ਸੁਣਿਆ ਕਰੋ ਜ਼ਿਆਦਾ ਗਾਉਣ ਦੀ ਕੋਸ਼ਿਸ਼ ਨਾ ਕਰਿਆ ਕਰੋ ਠੀਕ ਹੈ ਸਰ ਕਿਉਂਕਿ ਉਹ ਨੁਕਸਾਨ ਦੇ ਸਕਦਾ ਪੰਜਾਬ ਬੋਲੇ ਵਾਂਸ ਮੋਰ ਅਮਲ ਪ੍ਰੈਜ਼ੈਂਟ ਵੌਇਸ ਆਫ ਪੰਜਾਬ ਛੋਟਾ ਚੈਂਪ ਸੀਜ਼ਨ 4 ਸਾਡੀ ਫੁੱਲ ਤਿਆਰੀ ਹੈ ਹੁਣ ਬੱਚਿਆਂ ਦੀ ਵਾਰੀ ਹੈ ਦੋਸਤੋ ਸਾਡੇ ਸ਼ੋਅ ਦੇ ਕੋ ਪ੍ਰੈਜ਼ੈਂਟਰ ਨੇ ਕੋਲਗੇਟ ਸਟਰੋਂਗ ਟੀਥ ਐਂਡ ਪਤੰਜਲੀ ਹਰਬਲ ਪਾਵਰ ਵਿਟਾ ਪਾਵਰਡ ਬਾਈ ਗੁੱਡ ਨਾਈਟ ਐਡਵਾਂਸਡ ਐਕਟਿਵ ਪਲੱਸ ਐਂਡ ਲਾਈਫ ਬਾਇ ਸਾਡੇ ਸ਼ੋਅ ਦੇ ਐਂਕਰ ਤੇ ਜੱਜਸ ਵਾਰਡਰ ਨੂੰ ਸਪੌਂਸਰ ਕੀਤਾ ਹੈ ਸਿਜ਼ਲਰਸ ਜਹਾਂ ਬਣਾ ਐਂਡ ਮਿਨਟ ਮਰਜ ਬਾਈ ਉਰਵਸ਼ੀ ਨੇ ਤੇ ਕੰਟੈਸਟੈਂਟ ਵਾਰਡਰ ਨੂੰ ਸਪੌਂਸਰ ਕੀਤਾ ਹੈ ਏਜੇ ਡਿਜ਼ਾਈਨ 612 ਲੀਗ ਐਂਡ ਅਦੀਬਾ ਲੈ ਵੀ ਮੁੰਡਿਆ ਹੁਣ ਵਾਰੀ ਹੈ ਲਾਸਟ ਕੰਟੈਸਟੈਂਟ ਦੀ ਬੁਲਾਈਏ ਫਿਰ ਲਾਸਟ ਕੰਟੈਸਟੈਂਟ ਨੂੰ ਹਾਂਜੀ ਭਾਜੀ ਬੁਲਾ ਲਓ ਠੀਕ ਹੈ ਹਾਂਜੀ ਲਓ ਜੀ ਫਿਰ ਆ ਰਿਹਾ ਜੀ ਆਖਰਲਾ ਸੁਰੀਲਾ ਬੱਚਾ ਕਿਸ਼ਨ ਸ਼ਾਹ ਐਪੀਸੋਡ ਦੀ ਲਾਸਟ ਪਰਫਾਰਮੈਂਸ ਜੱਜਸ ਕੀ ਕਹਿਣਾ ਚਾਹੋਗੇ ਜੀ ਸ਼ੁਰੂਆਤ ਕਰਦੇ ਹਾਂ ਬੀਰ ਸਿੰਘ ਜੀ ਤੋਂ ਬੱਚੇ ਮਿੱਤਰਾਂ ਨੂੰ ਮਾਰ ਗਿਆ ਨਹੀਂ ਤੇਰਾ ਨਹੀਂ ਆਉਂਦਾ ਉੱਥੇ ਤੁਸੀਂ ਪ੍ਰੋਨਾਊਂਸਨ ਨੂੰ ਨਹੀਂ ਕਰਦੇ ਹੋ ਹਣਾਣੇ ਨੂੰ ਬਿਆਰੀ ਠੀਕ ਆ ਇੱਕ ਤਾਂ ਉਹ ਕਰੈਕਟ ਕਰਨਾ ਚਾਹੀਦਾ ਤੁਹਾਨੂੰ ਦੂਜੀ ਗੱਲ ਥਰੂ ਆਊਟ ਦਾ ਸੌਂਗ ਤੁਹਾਡਾ ਸੁਰ ਥੋੜ੍ਹਾ ਚੜਿਆ ਸੀਗਾ ਤਿਆਰੀ ਵੱਲ ਹੋਰ ਧਿਆਨ ਦਿਓ ਉਸਤਾਦ ਜੀ ਜੋ ਕਹਿੰਦੇ ਨੇ ਪ੍ਰੋਪਰਲੀ ਸੁਣਿਆ ਕਰੋ ਜ਼ਿਆਦਾ ਗਾਉਣ ਦੀ ਕੋਸ਼ਿਸ਼ ਨਾ ਕਰਿਆ ਕਰੋ ਠੀਕ ਹੈ ਸਰ ਕਿਉਂਕਿ ਉਹ ਨੁਕਸਾਨ ਦੇ ਸਕਦਾ ਅੱਛਾ ਸੀ ਬੁਰਾ ਨਹੀਂ ਸੀ ਬਟ ਇਸ ਤੋਂ ਬਿਹਤਰ ਤੁਸੀਂ ਕਰ ਸਕਦੇ ਹੋ ਰਾਈਟ ਕਮਲ ਜੀ ਕਿਸ਼ਨ ਯਾਰ ਪਹਿਲਾਂ ਹੱਸ ਕੇ ਦਿਖਾ ਮਾਈਕ 'ਚ ਆਵਾਜ਼ ਸੁਣਨੀ ਚਾਹੀਦੀ ਹੈ ਹਾਸੀ ਦੀ ਲੱਗਣ ਹੋਰ ਥੋੜ੍ਹਾ ਜਿਹਾ ਪੁੱਤਰ ਜੀ ਤੁਸੀਂ ਗਾਣੇ
ਇੰਨੇ ਉਸਤਾਦ ਲੋਕਾਂ ਦੇ ਲੈ ਲਏ ਅਤੇ ਉਹ ਗਾਣਾ ਨਿਭਾਉਣ ਲਈ ਜੀਰਾ ਚਾਹੀਦਾ ਹੈ ਨਾ। ਜਦੋਂ ਤੁਸੀਂ ਇੱਕ ਸਟੂਡੈਂਟ ਦੀ ਭਾਵਨਾ ਰੱਖ ਕੇ ਚੱਲਦੇ ਹੋ ਨਾ ਲਾਈਫ ਦੇ ਵਿੱਚ ਤਾਂ ਆਲਵੇਜ਼ ਤੁਸੀਂ ਸਿੱਖਦੇ ਹੋ, ਜਦੋਂ ਤੁਸੀਂ ਟੀਚਰ ਬਣਨ ਦੀ ਕੋਸ਼ਿਸ਼ ਕਰਦੇ ਹੋ ਤਾਂ ਫਿਰ ਸਾਰਾ ਕੁਝ ਤੁਸੀਂ ਗਵਾਉਂਦੇ ਹੋ। ਸੋ ਇਸ ਕਰਕੇ ਸਟੂਡੈਂਟ ਦੀ ਥਿੰਕ ਰੱਖੋ ਅਤੇ ਸਿੱਖਦੇ ਰਹੋ, ਹਰ ਇੱਕ ਤੋਂ ਸਿੱਖੋ ਅਤੇ ਉਮੀਦ ਕਰਦਾ ਯਾਰ ਨੈਕਸਟ ਟਾਈਮ ਵਧੀਆ ਪਰਫਾਰਮ ਕਰੇਗਾ। ਥੈਂਕ ਯੂ ਸੋ ਮਚ ਜਜਜ਼, ਆ ਜਾਵੇ ਕਿਸ਼ਨ। ਦੋਸਤੋ ਅੱਜ ਦੇ ਇਸ ਐਪੀਸੋਡ ਦੇ ਵਿੱਚ ਅਸੀਂ ਬਹੁਤ ਪਿਆਰੀ ਪਿਆਰੀ ਮੂਮੈਂਟਸ ਕੈਪਚਰ ਕਰ ਚੁੱਕੇ ਹਾਂ, ਹੁਣ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਜੀ, ਯਾਨੀ ਕਿ ਸਾਂਝੀ ਕਰਾਂਗੇ ਅਮੁੱਲ ਚੀਜ਼ ਮੂਮੈਂਟ ਆਫ ਦਾ ਡੇ। ਸਰਗਮ, ਤੁਸੀਂ ਇੱਕ ਇੱਕ ਗੱਲ ਨੂੰ ਇੰਨੀ ਖੂਬਸੂਰਤੀ ਨਾਲ ਬਿਆਨ ਕੀਤਾ, ਮੈਂ ਤਾਂ ਝੂਮ ਰਿਹਾ ਸੀ ਪੂਰਾ ਤੁਹਾਡੇ ਗਾਣੇ। ਆਮ ਪ੍ਰਾਊਡ ਆਫ ਯੂ, ਗੋਡ ਬਲੈਸ ਯੂ, ਫੈਂਟੈਸਟਿਕ। ਤੇ ਹੁਣ ਅਸੀਂ ਰਿਕੁਐਸਟ ਕਰਨਾ ਚਾਹਾਂਗੇ ਸਾਡੇ ਸੈਲੀਬ੍ਰਿਟੀ ਗੈਸਟ ਨੂੰ ਕਿ ਉਹ ਪਲੀਜ਼ ਮੰਚ ਤੇ ਆਣ। ਵਾਕਈ ਜੀ ਜੋਰਡਨ ਜੀ, ਜੈਨੀ ਜੀ, ਅੱਜ ਵਾਕਈ ਬਹੁਤ ਮਜ਼ਾ ਆਇਆ ਜੀ, ਤੁਸੀਂ ਸਾਰੇ ਦੈਟਸ ਗ੍ਰੇਟ। ਸੋ ਤੁਸੀਂ ਸਾਰਿਆਂ ਨੂੰ ਨਚਾਇਆ, ਗੇਮਸ ਖੇਡੀਆਂ ਜੱਜਿਸ ਦੇ ਨਾਲ, ਤੁਹਾਡੇ ਨਾਲ। ਸੋ ਹੁਣ ਤੱਕ ਦੇ ਐਕਸਪੀਰੀਅੰਸ ਦੇ ਬਾਰੇ ਕੀ ਕਹਿਣਾ ਚਾਹੋਗੇ ਜੀ? ਸੋ ਛੋਟੇ ਭੈਣ ਭਰਾ ਸਾਡੇ ਬਹੁਤ ਵਧੀਆ ਗਾ ਰਹੇ ਨੇ, ਬਹੁਤ ਵਧੀਆ ਪਰਫੋਰਮ ਕਰ ਰਹੇ ਨੇ। ਬਾਕੀ ਮੈਂ ਇੱਕ ਗੱਲ ਕਹਿਣੀ ਚਾਹੁੰਦਾ, ਜਿਹੜਾ ਵੀ ਐਲੀਮੀਨੇਟ ਹੁੰਦਾ ਜਾਂ ਜਿਹੜਾ ਵੀ ਜਿੱਤਦਾ ਜਾਂ ਹਾਰਦਾ, ਕਦੇ ਢੇਰੀ ਨਹੀਂ ਢਾਉਣੀ, ਹਮੇਸ਼ਾ ਜਜ਼ਬਾ ਕਾਇਮ ਰੱਖਣਾ, ਕਿਉਂਕਿ ਜੇ ਤੁਹਾਡੇ ਜੱਜਿਸ ਜੇ ਤੁਹਾਨੂੰ ਕੁਝ ਕੌੜੀ ਗੱਲ ਵੀ ਕਹਿੰਦੇ ਆ ਤਾਂ ਉਹਦਾ ਬੁਰਾ ਨਹੀਂ ਮੰਨਣਾ ਕਦੇ ਵੀ, ਕਿਉਂਕਿ ਇਹ ਤੁਹਾਨੂੰ ਤਰਾਸ਼ ਰਹੇ ਨੇ। ਸੋ ਇਹ ਵੀ ਵਧਾਈ ਦੇ ਪਾਤਰ ਨੇ, ਬਹੁਤ ਉੱਗੀਆਂ ਸ਼ਖਸੀਅਤਾਂ ਨੇ, ਸੋ ਲੋਟ ਆਫ ਰਿਸਪੈਕਟ ਇਹਨਾਂ ਲਈ ਵੀ। ਸੋ ਸਾਰਿਆਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ, ਬਹੁਤ ਵਧੀਆ ਲੱਗਿਆ ਆ ਕੇ, ਮਾਲਕ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ, ਜਾਂਦੇ ਵਾਸਤੇ ਰਹੋ। ਥੈਂਕ ਯੂ ਜੀ, ਮੈਨੂੰ ਵੀ ਬਹੁਤ ਵਧੀਆ ਲੱਗਾ, ਸਾਰੇ ਕੰਟੈਸਟੈਂਟਸ ਇੱਕ ਤਾਂ ਬਹੁਤ ਪਿਆਰੇ ਬੱਚੇ ਆ, ਸੋ ਉਹ ਕਦੀ ਕਦੀ ਘਬਰਾ ਜਾਂਦੇ ਆ ਕੁਛ, ਪਰ ਉੱਦਾਂ ਸਾਰੇ ਬਹੁਤ ਵਧੀਆ ਸਿੰਗਰਸ ਆ, ਮੈਨੂੰ ਸਾਰਿਆਂ ਨੂੰ ਸੁਣ ਕੇ ਬਹੁਤ ਮਜ਼ਾ ਆਇਆ। ਸੋ ਸਾਰੇ ਇੱਥੇ ਜਿਹੜੀਆਂ ਗੇਮਸ ਖੇਡੀਆਂ ਸੀ ਉਹ ਵੀ ਬਹੁਤ ਮਜ਼ਾ ਆਇਆ। ਸੇਮ ਹੇਅਰ ਜੀ, ਥੈਂਕ ਯੂ, ਬਹੁਤ ਵਧੀਆ ਉਪਰਾਲਾ ਪਹਿਲੀ ਗੱਲ ਤਾਂ। ਬਿਲਕੁਲ ਜੀ, ਸਾਨੂੰ ਵੀ ਬਹੁਤ ਵਧੀਆ ਲੱਗਿਆ ਤੁਸੀਂ ਇੱਥੇ ਆਏ, ਇਹਨੀ ਇੰਜੋਇਮੈਂਟ ਕੀਤੀ, ਬੱਚਿਆਂ ਨੂੰ ਸੁਣਿਆ, ਸੋ ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਨਾ ਚਾਹਾਂਗੇ ਜੀ। ਉਮੀਦ ਹੈ ਜਲਦ ਮੁਲਾਕਾਤ ਹੋਏਗੀ ਜੀ। ਥੈਂਕ ਯੂ ਸੋ ਮਚ ਜੀ, ਥੈਂਕ ਯੂ। ਫਿਰ ਗੁਰਮਹਿਕ ਸਿੰਘ, ਮਜ਼ਾ ਆਇਆ? ਹਾਂਜੀ ਭਾਜੀ, ਪੂਰਾ ਪੂਰਾ। ਹਾਂਜੀ ਵਾਕਈ ਯਾਰ, ਤੇਰੇ ਨਾਲ ਸਾਨੂੰ ਵੀ ਬਹੁਤ ਮਜ਼ਾ ਆਇਆ। ਫਿਰ ਸਿੱਖ ਗਿਆ ਤੂੰ ਹੁਣ ਐਂਕਰਿੰਗ? ਹਾਂਜੀ ਭਾਜੀ, ਪੂਰੀ। ਬਸ ਮਿਹਨਤ ਕਰਦਾ ਰਹੀ ਤੂੰ? ਹਾਂਜੀ ਭਾਜੀ, ਜਿਵੇਂ ਤੁਸੀਂ ਕਹੋ। ਬਸ ਇਸੇ ਤਰ੍ਹਾਂ ਮਿਹਨਤ ਕਰਦੇ ਰਹਿਣਾ ਤਾਂ ਤੂੰ ਬਹੁਤ ਵੱਡਾ ਐਂਕਰ ਬਣ ਜਾਣਾ ਤੂੰ ਇੱਕ ਦਿਨ, ਠੀਕ ਹੈ? ਵੈਰੀ ਗੁੱਡ, ਵੈਰੀ ਗੁੱਡ। ਸੋ ਜੱਜਿਸ, ਸਾਡੇ ਗੁਰਮਹਿਕ ਵਾਸਤੇ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਦਿਓ ਜੀ। ਥੈਂਕ ਯੂ ਜੱਜਿਸ। ਚਲੋ ਓਕੇ, ਮੇਰੀ ਗੁਗਲੀ ਬੁਗਲੀ, ਥੈਂਕ ਯੂ ਸੋ ਮਚ, ਖਿਆਲ ਰੱਖੀ ਆਪਣਾ, ਠੀਕ ਹੈ? ਥੈਂਕ ਯੂ, ਲਵ ਯੂ। ਤੇ ਹੁਣ ਅਸੀਂ ਸੱਦਾ ਦੇਵਾਂਗੇ ਜੀ ਇਹਨਾਂ ਬੱਚਿਆਂ ਦੇ ਮੈਂਟਰ ਸ਼੍ਰੀ ਸੁਰਿੰਦਰ ਬੱਚਨ ਜੀ ਨੂੰ ਕਿ ਉਹ ਪਲੀਜ਼ ਮੰਚ ਦੇ ਉੱਤੇ ਆਣ, ਫਿਰ ਦੇਖਦੇ ਹਾਂ ਜੱਜਿਸ ਕੀ ਕਹਿੰਦੇ ਨੇ। ਸਰ ਜੀ, ਫਿਰ ਤੋਂ ਬਹੁਤ ਬਹੁਤ ਸਵਾਗਤ ਜੀ। ਥੈਂਕ ਯੂ ਸਰ। ਸੋ ਹੁਣ ਅੱਜ ਦੀਆਂ 6 ਪਰਫਾਰਮੈਂਸਿਸ ਹੋ ਚੁੱਕੀਆਂ ਜੀ, ਹੁਣ ਵੇਲਾ ਆ ਗਿਆ ਕਿ ਆਪਾਂ ਜੱਜਿਸ ਤੋਂ ਪੁੱਛੀਏ ਕਿ ਉਹਨਾਂ ਦਾ ਇਸ ਪਰਫਾਰਮੈਂਸਿਸ ਦੇ ਬਾਰੇ ਕੀ ਕਹਿਣਾ ਜੀ ਜੱਜਿਸ। ਪਹਿਲਾਂ ਤਾਂ ਬਾਜੀ ਪੈਰੀ ਪੈਣਾ ਜੀ, ਔਰ ਦੂਜੀ ਗੱਲ ਇੱਦਾਂ ਅੱਜ ਕੁੜੀਆਂ ਬਾਜ਼ੀ ਮਾਰ ਕੇ, ਅਤੇ ਕੁੜੀਆਂ ਨੇ ਤਾਂ ਮਤਲਬ ਸੱਚੀ ਦੋਵਾਂ ਨੇ ਦਿਲ ਹੀ ਜਿੱਤ ਲਿਆ ਸੀ ਅੱਜ, ਔਰ ਮੁੰਡੇ ਥੋੜ੍ਹੇ ਜਿਹੇ ਪਿੱਛੇ ਰਹਿ ਗਏ। ਸੁਰਿੰਦਰ ਬੱਚਨ ਜੀ ਇੰਨੀ ਮਿਹਨਤ ਕਰਾ ਰਹੇ ਨੇ ਸਰ ਬੱਚਿਆਂ ਨੂੰ, ਸਰ ਥੈਂਕ ਯੂ ਸੋ ਮਚ ਜੀ, ਥੈਂਕ ਯੂ ਸੋ ਮਚ, ਤੁਸੀਂ ਸਾਡਾ ਕੰਮ ਸੌਖਾ ਕਰ ਦਿੰਦੇ ਹੋ ਇੱਥੇ। ਭਾਜੀ ਇੱਕ ਚੀਜ਼ ਮੈਂ ਜ਼ਰੂਰ ਕਹਿਣੀ ਚਾਹੂੰਗਾ ਕਿ ਭਾਜੀ ਹੁਣ ਕਿਉਂਕਿ ਐਲੀਮੀਨੇਸ਼ਨਸ ਦਾ ਦੌਰ ਆ ਗਿਆ ਜੀ ਜੀ, ਅਤੇ ਥੋੜ੍ਹਾ ਜਿਹਾ ਹੁਣ ਤੁਹਾਨੂੰ ਵੀ ਸਖਤ ਹੋਣਾ ਪਏਗਾ ਇਹਨਾਂ ਦੇ ਨਾਲ, ਉਹ ਹੁਣ ਰੋਲ ਅਦਾ ਕਰੋ ਤੁਸੀਂ। ਠੀਕ ਸਰ, ਥੈਂਕ ਯੂ ਭਾਜੀ, ਥੈਂਕ ਯੂ ਸਰ, ਥੈਂਕ ਯੂ ਸੋ ਮਚ ਜੀ। ਓਕੇ ਦੋਸਤੋ, ਇਹ ਸੀ ਜੀ ਅੱਜ ਦੇ ਇਸ ਐਪੀਸੋਡ ਦੀ 6 ਪਰਫਾਰਮੈਂਸਿਸ। ਤੇ ਹੁਣ ਇੱਕ ਵਾਰ ਫਿਰ ਤੁਹਾਨੂੰ ਦੱਸਣਾ ਚਾਹਾਂਗੇ ਕਿ ਇਸ ਹਫਤੇ ਦੇ ਲਾਸਟ ਐਪੀਸੋਡ ਦੇ ਵਿੱਚ ਸਾਨੂੰ ਪਤਾ ਚੱਲੇਗਾ ਕਿ ਕਿਹੜੇ 4 ਬੱਚੇ ਹੋ ਜਾਣਗੇ ਐਲੀਮੀਨੇਟ ਇਹਨਾਂ 24 ਸਰੀਲਿਆਂ ਦੇ ਵਿੱਚੋਂ। ਤੇ ਹੁਣ ਸਾਡੀ ਤੇ ਤੁਹਾਡੀ ਮੁਲਾਕਾਤ ਹੋਏਗੀ ਜੀ ਅਗਲੇ ਐਪੀਸੋਡ ਦੇ ਵਿੱਚ, ਇੱਕ ਹੋਰ ਗਰੁੱਪ ਲੈ ਕੇ ਆਵਾਂਗੇ 6 ਬੱਚਿਆਂ ਦਾ ਜੋ ਪਰਫਾਰਮ ਕਰਨਗੇ ਬੀਟ ਸੌਂਗਸ। ਦਿਓ ਮੈਨੂੰ ਇਜਾਜ਼ਤ, ਦੇਖਦੇ ਰਹੋ ਪੀਟੀਸੀ ਪੰਜਾਬੀ, ਪੰਜਾਬ ਬੋਲੇ ਵਾਂਸ ਮੋਰ, ਵੌਇਸ ਆਫ ਪੰਜਾਬ, ਛੋਟਾ ਚੈਂਪ ਸੀਜ਼ਨ 4।